ਜਸਟੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 2 ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਖੇਤੀ ਕਰੂਨਾ ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਤੇ ਇਸ ਸੰਘਰਸ਼ ਦੇ 33 ਦਿਨ ਪਾਰ ਹੋ ਚੁੱਕੇ ਆ 33 ਦਿਨਾਂ ਬਾਅਦ ਸਰਕਾਰ ਕਿੱਥੇ ਖੜੀ ਹੈ ਕਿਸਾਨ ਕਿੱਥੇ ਖੜੇ ਆ ਇਹ ਚਿੱਠੀਆਂ ਦਾਸਦੀਆਂ ਪਈਆਂ ਕਿਸਾਨਾਂ ਨੇ ਚਿੱਠੀ ਲਿਖ ਦਿੱਤੀ ਸੀ ਕਿ ਸਾਨੂੰ ਮੀਟਿੰਗ ਚਾਹੀਦੀ ਹੈ ਤੁਹਾਡੇ ਵੱਲੋਂ 29 ਦਸੰਬਰ ਨੂੰ ਸਰਕਾਰ ਦਾ ਪਹਿਲਾ ਜਵਾਬ ਸੀਗਾ ਕਿ ਮੀਟਿੰਗ ਦਾ ਸਮਾਂ ਤੁਸੀਂ ਨਿਯਤ ਕਰੋ ਤੇ ਸਰਕਾਰ ਦੀ ਚਿੱਠੀ ਆਈ ਹੈ 29 ਤੋਂ ਹੁਣ ਕਹਿੰਦੇ ਆ 30 ਨੂੰ ਕਰਾਂਗੇ ਬੈਠਕ ਇਹ ਚਿੱਠੀ ਵੀ ਆ ਗਈ ਹੈ ਚਾਰ ਲੋਕਾਤੀ ਏਜੰਡਾ ਦਿੱਤਾ ਸੀ ਕਿਸਾਨਾਂ ਨੇ ਸਰਕਾਰ ਕਹਿੰਦੀ ਅਸੀਂ ਗੱਲਬਾਤ ਲਈ ਤਿਆਰ ਆ ਗੱਲਬਾਤ ਹੋਵੇਗੀ ਸਾਡਾ ਸਵਾਲ ਇੱਕ ਹੀ ਹੋਵੇਗਾ ਕਿਹੜੇ ਏਜੰਡੇ ਚ ਫਸਿਆ ਅੰਦੋਲਨ ਵੱਡਾ ਸਵਾਲ ਇਸ ਸਰਚਾ ਮੇ ਜਿਹੜਾ ਪੁੱਛਿਆ ਜਾਊਗਾ ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਦਿੱਲੀ ਸਰਹੱਦ ਤੇ 33 ਦਿਨਾਂ ਦੇ ਅੰਦੋਲਨ ਮਗਰੋਂ ਕਿਸਾਨ ਅਤੇ ਕੇਂਦਰ ਸਰਕਾਰ ਕਿੱਥੇ ਖੜੇ ਸੋਅਲੇ ਹੀ ਹੋਵੇਗਾ ਇਸ ਸਵਾਲ ਤੇ ਚਰਚਾ ਕਰਾਂਗੇ ਦੋ ਖਾਸ ਮਹਾਨ ਸਾਡਾ ਮੌਜੂਦ ਹੋਣਗੇ ਉਹਨਾਂ ਦਾ ਅ ਤਾਰਫ ਕਰਾ ਰਹੇ ਹਾਂ ਡਾਕਟਰ ਪਹਿਲਾ ਗਰਗ ਐਕਟੀਵਿਸਟ ਨੇ ਪੰਜਾਬ ਬਚਾਓ ਕਾਫਲਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਜਿੰਦਾ ਮਕਸਦ ਇਹ ਹੈ ਪਿੰਡ ਬਚਾਓ ਪੰਜਾਬ ਚੋਂ ਮੋਹਮ ਹੈ ਉਹਨਾਂ ਨਾਲ ਵੀ ਜੁੜੇ ਰਿਹਾ ਹੈ ਤੇ ਬਹੁਤ ਸਾਰੇ ਆਰਟੀਕਲ ਬਹੁਤ ਸਾਰੇ ਲੇਖ ਹੈ ਜਿਹੜੇ ਇਹਨਾਂ ਖੇਤੀ ਕਰੂਨਾ ਤੇ ਲਿਖ ਚੁੱਕੇ ਹੈ ਤੇ ਇਹਨਾਂ ਨੇ ਬਹੁਤ ਧੇਰ ਪਹਿਲਾਂ ਇਹ ਸਭ ਕੁਝ ਦਾ ਦੱਸ ਦਿੱਤਾ ਸੀ ਇਹ ਹੋ ਜਾ ਕੁਝ ਹੋਣ ਵਾਲਾ ਪਰ ਉਦੋਂ ਸ਼ਾਇਦ ਮੈਨੂੰ ਲੱਗਦਾ ਬਹੁਤੇ ਲੋਕਾਂ ਨੇ ਇਸ ਵੱਲ ਵਿਚਾਰਿਆ ਨਹੀਂ ਸਿਆਸੀ ਲੋਕਾਂ ਦੀ ਗੱਲ ਕਰ ਰਹੇ ਹਾਂ ਕਿਸਾਨਾਂ ਜੱਤੇ ਬੰ ਜਿਹੜਾ ਸਰਹੱਦ ਤੇ ਡਟੇ ਹੋਏ ਆ ਕਿਸਾਨ ਇਸੇ ਲਈ ਤੇ ਡਟ ਗਰਗ ਵਾਰ-ਵਾਰ ਉਹਨਾਂ ਤੇ ਟਿੱਪਣੀਆਂ ਵੀ ਕਰਦੇ ਪਿਆ ਡਟ ਪਹਿਲਾ ਗਰਗ ਸਰ ਬਹੁਤ ਸਵਾਗਤ ਆ ਸਰ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਮਹਮਦ ਖਾਲਿਦ ਪੋਲੀਟਿਕਲ ਐਨਲਿਸਟ ਨੇ ਮਹਮਦ ਖਾਲਿਦ ਹਰਾਂ ਦਾ ਲੰਬਾ ਤੇ ਅਰਬਾ ਮਹਮਦ ਖਾਲਿਦ ਹਰਾਂ ਨੂੰ ਇਹ ਸਾਰੀ ਸਿਆਸੀ ਪਿਛੋਕੜ ਦਾ ਵੀ ਪਤਾ ਹੈ ਖੇਤੀ ਕਾਨੂੰਨ ਬਣਾਏ ਕਿਉਂ ਗਏ ਆ ਤੇ ਇਸ ਦੇ ਪਿੱਛੇ ਕਾਰਪੋਰੇਟ ਤੇ ਜਿਹੜਾ ਸਿਆਸੀ ਮਕਸਦ ਆ ਉਹਦਾ ਕੀ ਸਭ ਕੁਝ ਤਾਣਾ ਬਾਣਾ ਹੈਗਾ ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਫਿਊਟ ਕਿਸਾਨ ਮੋਰਚਾ ਕੀ ਮੰਗ ਕਰਦਾ ਪਏ ਕੇਂਦਰ ਸਰਕਾਰ ਜਿਹੜੀ ਚੱਠੀਆਂ ਡਰਾਫਟ ਕਰਦੀ ਉਹਦਾ ਮਤਲਬ ਕੀ ਹੁੰਦਾ ਤੇ ਜਦੋਂ ਬੈਠਕਾਂ ਹੁੰਦੀਆਂ ਤੇ ਬੈਠ ਦੇ ਵਿਚਾਲੇ ਜਦੋਂ ਪੰਜ ਗੇੜ ਦੀ ਬੈਠਕ ਹੋ ਜਾਵੇ ਛੇਵੀਂ 11ਵਾਂ ਰਸਮੀ ਬੈਠਕ ਹੋ ਜਾਵੇ ਸੱਤਵੇਂ ਗੇੜ ਦੀ ਬੈਠਕ ਹੁਣ ਹੋਣੀ ਹੋਵੇ ਤੇ ਉਦੋਂ ਇਹਦਾ ਮਤਲਬ ਕੀ ਹੈਗਾ ਖਾਲਸਾ ਸਾਹਿਬ ਤੋਂ ਸਮਝ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਖਾਲਸਾ ਸਾਹਿਬ ਪੋਲੀਟিক্যাল ਸਾਇੰਸ ਦੇ ਪ੍ਰੋਫੈਸਰ ਵੀ ਨੇ ਤੇ ਪੋਲੀਟিক্যাল ਸਾਇੰਸ ਦੇ ਸਟੂਡੈਂਟ ਵੀ ਨੇ ਖਾਲਸਾ ਸਾਹਿਬ ਬਹੁਤ ਸਵਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾ ਸਵਾਲ ਡਟਕਰ ਤੁਹਾਨੂੰ ਕਰਨਾ ਚਾਹੁੰਗਾ ਡਟਕਰ ਹਾਂਜੀ ਸੈਂਟਰ ਨੇ ਕਿਹਾ ਸੀ ਕੇਂਦਰ ਸਰਕਾਰ ਨੇ ਕਿਹਾ ਸੀਗਾ ਮੀਟਿੰਗ ਦਾ ਸਮਾਂ ਤੁਸੀਂ ਦੱਸ ਦੋ ਟਾਈਮ ਦੱਸ ਦੋ ਕਿਸਾਨਾਂ ਨੇ ਟਾਈਮ ਦੱਸਤਾ ਸਾ ਕੇਂਦਰ ਸਰਕਾਰ ਹੁਣ ਇੱਕ ਦਿਨ ਅੱਗੇ ਕੋ ਪਾ ਗਈ ਭੱਜ ਗਈ ਕੇਂਦਰ ਸਰਕਾਰ ਜਾਂ ਕੇਂਦਰ ਸਰਕਾਰ ਕੋਈ ਰਣਨੀਤੀ ਕਢਣ ਵਿੱਚ ਲੱਗੀ ਆ ਡਟਕਰ ਦੇਖੋ ਜਿੱਥੇ ਤੱਕ ਸਵਾਲ ਕੇਂਦਰ ਸਰਕਾਰ ਦਾ ਪਹਿਲਾਂ ਉਹਨਾਂ ਨੇ ਪ੍ਰਚਾਰ ਇਹ ਕਰਿਆ ਵੀ ਕਿਸਾਨ ਨੂੰ ਤੁਸੀਂ ਕਹੇ ਸਥਾਨ ਵੀ ਸਮਾਂ ਵੀ ਤੇ ਮਿਤੀ ਵੀ ਤੁਸੀਂ ਤੈਅ ਕਰੋ ਪਰ ਜਦ ਚਿੱਠੀ ਲਿਖੀ ਉਹਦੇ ਚ ਲਿਖਤਾ ਵੀ ਅਸੀਂ ਵਗਨਪਾ ਵਿੱਚ ਮੀਟਿੰਗ ਕਰਾਂਗੇ ਤੁਸੀਂ ਸਮਾਂ ਤੇ ਮਿਤੀ ਤੈਅ ਕਰ ਦਿਓ ਇਹਨਾਂ ਨੇ ਜਦ ਮਿਤੀ ਤੈਅ ਕਰਕੇ ਤੇ 80 ਉਹ ਦੋਨੇ ਆਪਣੀ ਇਸ ਇੰਨੀ ਛੋਟੀ ਜੀ ਗੱਲ ਹੈ ਇਹ ਵੱਡੀ ਗੱਲ ਨਹੀਂ ਸੀ ਇਹ ਤੋਂ ਵੀ ਪਿੱਛੇ हट ਕੇ ਆਪ ਉਹ ਇਹਨਾਂ ਨੇ ਲਿਖਿਆ ਸੀ 29 ਤਰੀਕ 11 ਵਜੇ ਸਵੇਰੇ ਉਹਨਾਂ ਨੇ ਕਰਤਾ 30 ਤਰੀਕ ਦੋ ਸੋ ਇਹ ਜਿਹੜਾ ਤੌਰ ਤਰੀਕਾ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਸਰਕਾਰ ਤਾਂ ਲਿਖ ਕੇ ਵੀ ਆਪਣੇ ਵਹਿਜੇ ਤੋਂ ਪਿੱਛੇ हट ਸਕਦੀ ਹੈ ਤੇ ਫਿਰ ਉਸ ਉੱਤੇ ਕਿਵੇਂ ਵਿਸ਼ਵਾਸ ਕਰਿਆ ਜਾਵੇ ਉਸ ਸਰਕਾਰ ਤੇ ਜਿਹੜੀ ਕਹਿੰਦੀ ਹੈ ਕਿ ਵੀ ਸਾਡੇ ਮੰਤਰੀ ਵੀ ਇਹਦੇ ਚਾਣਗੇ ਮੀਟਿੰਗ ਇਹ ਪਤਾ ਨਹੀਂ ਹੁਣ ਕਿਹੜੇ ਆਣ ਕੋਈ ਵੀ ਹੋ ਸਕਦਾ ਨਾ ਕੋਈ ਸਟੇਟ ਮਿਨਿਸਟਰ ਹੋ ਸਕਦਾ ਡਟਗਰਗ ਡਟਗਰਗ ਵੈਸੇ ਵੈਸੇ ਤੁਹਾਡੇ ਤੋਂ ਇਹ ਸਵਾਲ ਬੰਦਾ ਨਹੀਂਗਾ ਡਟਗਰਗ ਤੁਹਾਡੇ ਤੋਂ ਇਹ ਸਵਾਲ ਬੰਦਾ ਨਹੀਂਗਾ ਪਰ ਪਤਾ ਨਹੀਂ ਮੇਰਾ ਮਨ ਕਰਦਾ ਪੁੱਛ ਲਵਾਂ 11 ਵਜੇ ਤੇ 2 ਵਜੇ ਦਾ ਕੋਈ ਵਿਗਿਆਨ ਵੀ ਹੁੰਦਾ ਸਰ ਵੇ 11 ਵਜੇ ਮੀਟਿੰਗ ਕਰਨੀ ਹੈ 29 ਨੂੰ ਨਹੀਂ ਕਰਨੀ ਹੈ 30 ਨੂੰ ਕਰਨੀ ਹੈ 2 ਵਜੇ ਕਰਨੀ ਹੈ ਇਹਦਾ ਕੋਈ ਵਿਗਿਆਨ ਵੀ ਹੈ ਕਿਉਂਕਿ ਵਿਗਿਆਨ ਭਵਨ 'ਚ ਮੀਟਿੰਗ ਹੈ ਸਰ ਵਿਗਿਆਨ ਭਵਨ ਦੇ ਵਿੱਚ ਗਿਆਨ ਦੀ ਗੱਲ ਹੋਊਗੀ ਵਿਗਿਆਨ ਦੀ ਗੱਲ ਹੋਊਗੀ ਕਿਹੜੀ ਗੱਲ ਹੋਊਗੀ ਸਰ ਦੇਖੋ ਵਿਗਿਆਨ ਭਵਨ ਦੇ ਵਿੱਚ ਅੱਜ ਕੱਲ ਗੈਰ ਵਿਗਿਆਨਕ ਗੱਲਾਂ ਹੁੰਦੀਆਂ ਨੇ ਵਿਗਿਆਨ ਨੂੰ ਤੋੜਨ ਦੀਆਂ ਗੱਲਾਂ ਹੁੰਦੀਆਂ ਨੇ ਇਸ ਕਰਕੇ ਹਰ ਚੀਜ਼ ਤੇ ਮਹੂਰਤ ਕਢਾਉਣਾ ਸਰਕਾਰੀ ਸਿਸਟਮਾਂ 'ਚ ਸਰਕਾਰੀ ਸਿਸਟਮਾਂ 'ਚ ਕੋਈ ਮਹਤਵ ਸਰਕਾਰ 'ਤੇ ਕੋਈ ਮਹੂਰਤ ਨਹੀਂ ਹੁੰਦਾ ਇੱਕ ਧਰਮ ਦੀ ਪੂਜਾ ਕਰਨੀ ਕਿ ਇੱਥੇ ਵੀ ਹੋ ਸਕਦਾ ਉਹਨਾਂ ਨੇ ਇਹ ਦੇਖਿਆ ਹੋਵੇ ਕਿ ਲਈ ਦਿਨਟਲ ਦੇ ਚ ਇਹਨਾਂ ਦਾ ਸ਼ਾਇਦ ਸਾਡੀ ਚੜਤ ਰਹੇ ਉਹ ਜਿਹੜੇ ਆਉਣਗੇ ਉਹ ਉਟਲੇ ਹੋ ਜਾਣ ਕੋਈ ਉਹ ਜਾਂ ਗੱਲਾਂ ਬਹੁਤ ਜ਼ਿਆਦੇ ਜਿਹੜੇ ਵਹਿਮ ਪੈਦਾ ਕਰੇ ਜਾਂਦੇ ਨੇ ਜਦ ਗੈਰ ਵਿਗਿਆਨਕ ਸੋਚ ਪੈਦਾ ਕਰੀ ਜਾਂਦੀ ਹੈ ਉਹਦਾ ਨਤੀਜਾ ਸੀ ਕੋਰੋਨਾ ਚ ਦੇਹੀ ਦੇ ਥਾਲੀਆਂ ਖੜਕਾ ਕੇ ਤਾਲੀਆਂ ਵਜਾ ਕੇ ਤੇ ਹੁਣ ਇੱਥੇ ਵੀ ਦੇਖ ਲੈ ਸੀਾਂਗੇ ਸੋ ਇਹ 부ਝ ਕੇ ਇੱਕ ਤਾਂ ਦੂਜਾ ਜਿਹੜੀ ਸੋਚ ਹੈ ਦਕੀਆਂ ਨੂਸੀ ਗੈਰ ਵਿਗਿਆਨਕ ਸੋਚ ਉਹਦੇ ਚਾਹੀਤੇ ਹੋਏ ਕੰਮ ਹੁੰਦੇ ਨੇ ਠੀਕ ਹੈ ਮੁਹੰਮਦ ਖਾਲਿਦ ਸਾਹਿਬ ਮਮਦ ਖਾਲੀ ਸਾਹਿਬ ਤੁਸੀਂ ਤਾਂ ਬੜੇ ਰਾਜਨੀਤੀ ਸ਼ਾਸਤਰ ਦੇ ਸਟੂਡੈਂਟ ਤਿਆਰ ਕੀਤੇ ਸਰ ਵਿਦਿਆਰਥੀ ਤਿਆਰ ਕੀਤੇ ਹੈ ਬਹਾਮਦ ਖਾਲੀ ਸਾਹਿਬ ਜੀ ਸਰ ਰਾਜਨੀਤੀ ਅਸਲ ਵਿੱਚ ਗਰਾਊਂਡ ਤੇ ਲੜੀ ਜਾਂਦੀ ਹੈ ਉਹਦੇ ਵਿੱਚ ਵਾਲੇ ਰਾਜਨੀਤੀ ਕੀ ਹੁੰਦੀ ਹੈ ਸਰ 29 ਤਰੀਕ ਕਿਸਾਨਾਂ ਨੇ ਮੰਗੀ ਸੀ 30 ਤਰੀਕ ਕਿਉਂ ਦੇ ਰਹੇ ਹੋ ਸਰ ਦੇਖੋ ਗੱਲ ਇਹ ਹੈ ਕਿ ਕੇ ਪੀ ਜੀ ਕੇ ਸਰਕਾਰ ਨੂੰ ਸਮਝ ਨਹੀਂ ਲੱਗ ਰਹੀ ਕਿ ਸਿਰਾ ਕਿੱਥੋਂ ਫੜੀਏ ਕਿਉਂਕਿ ਇਹ ਸੋਚ ਲਈ ਸੀ ਕਿ ਸਰਕਾਰ ਕੇ ਜਿਹੜੇ ਸੀ ਕਾਨੂੰਨ ਬਣਾਤੇ ਆ ਉਹਦੇ ਉਪਰ ਰਾਸ਼ਟਰਪਤੀ ਦੀ ਮੋਹਰ ਲੱਗ ਚੁੱਕੀ ਹੈ ਉਹਨੂੰ ਵਾਪਸ ਲੈਣਾ ਹੁਣ ਸਾਡੇ ਬਸਤ ਨਹੀਂ ਹੈ ਅਸੀਂ ਨਹੀਂ ਲੈਣਾ ਵਾਪਸ ਉਹ ਅੜੇ ਹੋਏ ਸੀ ਕਿਸਾਨ ਜਿਸ ਵੇਲੇ ਅੜੇ ਤਾਂ ਉਹਨਾਂ ਨੇ ਬੈਕਫੂਡ ਤੇ ਆਪਣੇ ਆਪ ਨੂੰ ਬੈਕਫੂਡ ਤੇ ਲਿਆਂਦਾ ਕਿਉਂਕਿ ਅਗਰ ਤੁਸੀਂ ਸਮਝ ਸੋਚ ਕੇ ਕਾਨੂੰਨ ਬਣਾਏ ਹੁੰਦੇ ਤਾਂ ਤੁਸੀਂ ਉਹਨਾਂ ਕਾਨੂੰਨਾਂ ਦੇ ਵਿੱਚ ਮੁੜ ਵਿਚਾਰ ਕਰਕੇ ਉਹਨਾਂ ਨੂੰ ਰੋਲ ਡਾਊਨ ਕਰਨ ਵਾਸਤੇ ਘਟੋ ਘਟੋ ਉਹ ਨਾ ਕਰਦੇ ਜੇ ਕੰਪਲੀਟਲੀ ਸਕ੍ਰੈਪ ਨਹੀਂ ਕਰਦੀ ਤਾਂ ਰੋਲ ਡਾਉਨ ਪਲ ਤਾਂ ਆ ਗਈ ਨਾ ਬੈਕਵਰਡ ਤੇ ਤਾਂ ਸਰਕਾਰ ਆ ਗਈ ਹੈ ਇਹਦਾ ਮਤਲਬ ਹੈ ਸਰਕਾਰ ਨੂੰ ਇਹ ਮਹਿਸੂਸ ਹੋ ਗਿਆ ਕਿ ਕਿੰਨਾ ਕਿਤੇ ਸਾਤੋਂ ਗਲਤੀ ਹੋਈ ਹੈ ਦੂਸਰੀ ਚੀਜ਼ ਜਿਹੜੀ ਹੈਗੇ ਹੈ ਕਿ ਜਿਸ ਵੇਲੇ ਸਰਕਾਰ ਸਰਕਾਰ ਹੈ ਗਵਰਨਮੈਂਟ ਆਫ ਇੰਡੀਆ ਇਹ ਕੋਈ ਬਨਾਣਾ ਰਿਪਬਲਿਕ ਨਹੀਂ ਹੈ ਸਾਡੀ ਸਾਡੀ ਰਿਪਬਲਿਕ ਜਿਹੜੀ ਹੈਗੀ ਹੈ ਇੱਕ ਬੜੀ ਕਨਸਟੀਟਿਊਸ਼ਨਲ ਢੰਗ ਜਿਹੜੀ ਹੈਗੀ ਹੈ ਜਾਂ ਰੂਲ ਹੈ ਜਿਹਨੇ ਕੰਮ ਕਰਦੀ ਹੈ ਅਗਰ ਸਰਕਾਰ ਨੇ ਇੱਕ ਟਾਈਮ ਦੇ ਦਿੱਤਾ ਔਰ ਉਸ ਤੋਂ ਫਿਰ ਪਿੱਛੇ हट ਗਈ ਇਹਦਾ ਮਤਲਬ ਹੈ ਸਰਕਾਰ ਹੋਰ ਟਾਈਮ ਲੈਣਾ ਚਾਹੁੰਦੀ ਹੈ ਕੁਝ ਹੋਰ ਸੋਚਣਾ ਚਾਹੁੰਦੀ ਹੈ ਦੂਸਰੀ ਚੀਜ਼ ਇਹ ਹੈ ਕਿ ਕੀ ਇਹਦੇ ਵਿੱਚੋਂ ਕੁਝ ਸਰਕਾਰ ਕੱਢਣਾ ਚਾਹੁੰਦੀ ਹੈ ਜਾਂ ਨਹੀਂ ਕੱਢਣਾ ਚਾਹੁੰਦੀ ਸਰਕਾਰ ਨੇ ਹਰ ਹਰ ਬਾਹੀਲਾ ਇਸਤੇਮਾਲ ਕਰ ਲਿਆ ਹੈ ਸਰਕਾਰ ਨੇ ਤੋੜਨ ਦੀ ਕੋਸ਼ਿਸ਼ ਕਰ ਲਈ ਹੈ ਸਰਕਾਰ ਨੇ politically ਅਟੈਕ ਕਰਨ ਦੀ ਕੋਸ਼ਿਸ਼ ਕਰ ਲਈ ਹੈ ਸਰਕਾਰ ਨੇ ਉਹੀ ਜਿਹੜਾ ਗਿਨਿਆ ਚੁਣਿਆ ਫਾਰਮੂਲਾ ਹੈਗਾ ਜਿਵੇਂ CAA ਦੇ ਵੇਲੇ ਕਿਹਾ ਸੀਗਾ ਕਿ ਸਾਰੇ ਟੈਰਰਿਸਟ ਇਕੱਠੇ ਹੋ ਗਏ ਸਾਰੇ ਪਾਕਿਸਤਾਨੀ ਐਲੀਮੈਂਟ ਆ ਗਿਆ ਇਸੇ ਤਰੀਕੇ ਦੇ ਨਾਲ ਇੱਥੇ ਖਾਲਿਸਤਾਨ ਨੂੰ ਲਿਆਂਦਾ ਇੱਥੇ ਹੋਰ ਲਿਆਂਦਾ ਉਹ ਵੀ ਫੇਲ ਹੋ ਗਿਆ ਉਸ ਤੋਂ ਬਾਅਦ ਵਾਇਲੈਂਸ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਫੇਲ ਹੋ ਗਿਆ ਉਹ ਫੇਲ ਹੋਣ ਤੋਂ ਬਾਅਦ ਸਰਕਾਰ ਨੂੰ ਹੁਣ ਇਹ ਸਮਝ ਨਹੀਂ ਲੱਗ ਰਹਾ ਕਿ ਕਿਸ ਤਰੀਕੇ ਦੇ ਨਾਲ ਸੋਲਿਡ ਗਰਾਉਂਡ ਦੇ ਉੱਪਰ ਖਾਲੀ ਸਾਹਿਬ ਖਾਲੀ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਖਾਲੀ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਸਾਰੀਆਂ ਕੋਸ਼ਿਸ਼ਾਂ ਕਰਕੇ ਦੇਖ ਲੀਆਂ ਤੁਸੀਂ ਏਜੰਸੀਆਂ ਜ਼ਿਕਰ ਕਰ ਰਹੇ ਹੋ ਖਾਲੀ ਸਾਹਿਬ ਮੇਰਾ ਸਵਾਲ ਇਹ ਹੈ ਸਰਕਾਰ ਨੇ ਜਿਹੜੀ ਹੁਣ ਕੁਝ ਦਿਨ ਪਹਿਲਾਂ ਰਣਨੀਤੀ ਕਢੀ ਹੈ ਉਹਦੇ ਵਿੱਚ ਕਾਊਂਟਰ ਅਟੈਕ ਕੀਤਾ ਜਾ ਰਿਹਾ ਸਰ ਕਾਊਂਟਰ ਅਟੈਕ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਆੜੀਆਂ ਹੋਈਆਂ ਅਸੀਂ ਤਾਂ ਉਹਨਾਂ ਦੀ ਸਾਰੀਆਂ ਸੋਧਾਂ ਮੰਨ ਚੁੱਕੀਆਂ ਹਨ ਉਹ ਕਹਿੰਦੇ ਹਨ ਕਾਨੂੰਨ ਰੱਦ ਨਹੀਂ ਕਰਨੇ ਉਹਨਾਂ ਜਿੰਨੇ ਵੀ ਤੁਸੀਂ ਭਾਸ਼ਣ ਸੁਣੋਗੇ ਖਾਲੀ ਸਾਹਿਬ ਉਹਦੇ ਵਿੱਚ ਸਾਫ਼ ਤੇ ਜਿਹੜਾ ਇਸ ਵੇਲੇ ਤੱਕ ਅੱਜ ਤੱਕ ਜਿਹੜਾ ਸਟਾਂਸ ਹੈਗਾ ਸਰਕਾਰ ਦਾ ਉਹ ਹੀ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਲੇਕਿਨ ਉਹਦੇ ਵਿੱਚ ਅਸੀਂ ਸੋਧਾਂ ਕਰ ਸਕਦੇ ਆ ਮੈਂ ਸੋਧਾਂ ਨਹੀਂ ਮਤਲਬ ਅਸੀਂ ਤੁਹਾਡੀ ਗੱਲ ਮੰਨ ਸਕਦੇ ਆ ਪਹਿਲਾਂ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਲਿਖ ਕੇ ਦਿਓ ਕਿਸਾਨਾਂ ਨੇ ਲਿਖ ਕੇ ਦਿੱਤੇ ਮੈਂ ਤੁਹਾਨੂੰ ਕੇਪੀਜੀ ਇੱਕ ਗੱਲ ਕਹਿਣਾ ਅਸੀਂ ਯੂਨੀਵਰਸਿਟੀ ਦੇ ਵਿੱਚ ਡੀਲ ਕਰਦੇ ਆ ਐਜੀਟੇਸ਼ਨਸ ਨੂੰ ਐਜੀਟੇਸ਼ਨ ਇੱਕ ਪੁਆਇੰਟ ਤੇ ਸ਼ੁਰੂ ਹੁੰਦਾ ਹੈ ਲੇਕਿਨ ਬਾਅਦ ਦੇ ਵਿੱਚ ਦੂਸਰੇ ਪੁਆਇੰਟ ਐਡ ਹੁੰਦੇ ਚਲੇ ਜਾਂਦੇ ਆ ਅਲਟੀਮੇਟਲੀ ਕੀ ਹੁੰਦਾ ਵਾਇਲੈਂਸ ਹੋ ਜਾਂਦਾ ਹੈ ਪੁਲਿਸ ਦਾ ਲਾਠੀ ਚਾਰਜ ਹੁੰਦਾ ਉਹ ਪੁਆਇੰਟ ਵੀ ਐਡ ਹੋ ਜਾਂਦਾ ਫਿਰ ਉਹ ਮੇਨ ਮੁੱਦਾ ਬਣ ਜਾਂਦਾ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਤੁਸੀਂ ਦੇਖਦੇ ਹੋ ਐਮਐਸਪੀ ਦੀ ਗੱਲ ਹੋਈ ਉਸ ਤੋਂ ਬਾਅਦ ਮੰਡੀਆਂ ਨੂੰ ਖਤਮ ਕਰਨ ਦੀ ਗੱਲ ਹੋਈ ਲੇਕਿਨ ਉਹਦੇ ਨਾਲ ਹੋਰ ਚੀਜ਼ਾਂ ਐਡ ਹੋਣਦੀਆਂ ਚੱਲਿਆ ਗਈਆਂ ਉਹਦੇ ਵਿੱਚ ਸੁਆਮੀਨਾਥਨ ਕਮਿਸ਼ਨ ਵੀ ਆ ਗਿਆ ਸੁਆਮੀਨਾਥਨ ਕਮਿਸ਼ਨ ਦੇ ਮਤਾਬਕ ਐਮਐਸਪੀ ਵੀ ਆ ਗਈ ਐਮਐਸਪੀ ਨੂੰ ਲੀਗਲ ਢੰਗ ਦੇ ਨਾਲ ਉਹ ਵੀ ਉਹ ਸਾਰੀਆਂ ਚੀਜ਼ਾਂ ਐਡ ਹੋ ਗਿਆ ਹੈ ਨੈਚੁਰਲ ਗੱਲ ਹੈ ਹਰ ਐਜੀਟੇਸ਼ਨ 'ਚ ਹੀ ਹੁੰਦਾ ਹੈ ਠੀਕ ਹੈ ਕਾਲੇ ਸਾਹਿਬ ਮੈਂ ਇੱਕ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਉਂਗਾ ਡਾਟਾ ਕਰ ਤੁਹਾਡੇ ਕੋਲ ਵਾਪਸ ਆਉਂਗਾ ਹੋ ਸਕਦਾ ਅਸੀਂ ਇੱਕ ਹੋਰ ਮਹਿਮਾਨ ਦੀ ਵੀ ਕੋਸ਼ਿਸ਼ ਕਰੀਏ ਉਹ ਸਾਡੇ ਨਾਲ ਜੁੜਨ ਪਰ ਸਵਾਲ ਇਹ ਹੈ ਕਿਸਾਨ ਅੰਦੋਲਨ ਨੇ ਹੁਣ ਤੱਕ ਕਰ 33 ਦਿਨਾਂ ਬਾਅਦ ਕਿਸ ਕਿਸ ਨੂੰ ਬੇਪਰਦਾ ਕਰ ਦਿੱਤਾ ਇਹ ਸਵਾਲ ਬਹੁਤ ਐਮ ਹੈ ਇਹ ਸਵਾਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਬੇਪਰਦਾ ਕੌਣ ਹੋਇਆ ਉਹੀ ਹੋਇਆ ਜਿਹੜੇ ਪਰਦੇ ਪਿੱਛੇ ਕੁਝ ਨਾ ਕੁਝ ਕਰਦੇ ਪਏ ਸੀ ਪਰਦੇ ਪਿੱਛੇ ਪੋਲਿਟਿਕਸ ਹੁੰਦੀ ਪਈ ਸੀ ਕੀ ਪੋਲਿਟਿਕਸ ਸਾਝੀ ਚੱਲੀ ਕੀ ਹੈ ਕਿਹੜੇ ਏਜੰਡੇ 'ਚ ਫਸਿਆ ਅੰਦੋਲਨ ਸਾਡਾ ਸਵਾਲ ਮੂਲ ਸਵਾਲ ਇਹੀ ਹੈ ਬ੍ਰ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਇਸ ਚਰਚਾ ਵਿੱਚ ਦਿੱਲੀ ਸੜਾ ਤੇ 33 ਦਿਨਾਂ ਦੇ ਅੰਦੋਲਨ ਮਗਰੋਂ ਕਿਸਾਨ ਤੇ ਕੇਂਦਰ ਸਰਕਾਰ ਕਿੱਥੇ ਖੜੇ ਇਸ ਸਵਾਲ ਤੇ ਚਰਚਾ ਕਰ ਰਹੇ ਹਾਂ ਪੈਨਲ ਸਾਡਾ ਮੌਜੂਦ ਹੈਗਾ ਹਰਨੇਕ ਸਿੰਘ ਬੀਕੇਯੂ ਡੁਕੋਂਦਾ ਦੇ ਬੜੇ ਸੀਨੀਅਰ ਆਗੂ ਨੇ ਉਹ ਵੀ ਸਾਡੇ ਨਾਲ ਜੁੜ ਗਏ ਨੇ ਦਿੱਲੀ ਤੋਂ ਹਰਨੇਕ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ ਸਸਕੀ ਜੀ ਮਿਹਰਬਾਨੀ ਜੀ ਸਸਕੀ ਕਾਲ ਜੀ ਹਰਨੇਕ ਸਿੰਘ ਜੀ ਮੈਂ ਜਿਹੜਾ ਸਵਾਲ ਪਹਿਲੇ ਸੈਗਮੈਂਟ ਛੱਡ ਕੇ ਗਿਆ ਸੀ ਤੁਹਾਡੇ ਤੋਂ ਸ਼ੁਰੂ ਕਰਦਾ ਸਰ ਇਹ ਕਿਸਾਨ ਅੰਦੋਲਨ ਨੇ ਕਿੰਨੂ ਕਿੰਨੂ ਬੇਪਰਦਾ ਕਰ ਦਿੱਤਾ ਸਰ ਬੜਾ ਸੋਖਾ ਸਵਾਲ ਆ ਇੱਕ ਵਾਰ ਫਿਰ ਦ ਇਸ ਕਿਸਾਨ ਅੰਦੋਲਨ ਨੇ 33 ਦਿਨਾਂ ਵਿੱਚ ਕਿੰਨੂ ਕਿੰਨੂ ਬੇਪਰਦਾ ਕਰ ਦਿੱਤਾ ਮੇਕੋ ਜੀ ਜੇ ਤੱਕ ਗਿਣਤੀ ਕਰੀਏ ਤੇ ਮੇਰਾ ਖਿਆਲ ਹੈ ਕਾਫੀ ਲੰਮੀ ਹੋ ਜਾਵੇਗੀ ਹਮ ਬਨੇ ਲੋਕਾਂ ਨੇ ਮਖੌਟਾ ਪਾਇਆ ਹੋਇਆ ਸੀ ਕਿਸਾਨ ਹਿੱਤੂ ਹੁੰਦਾ ਉਹਨਾਂ ਸਾਰਿਆਂ ਨੂੰ ਬੇਪਰਦਾ ਕਰ ਦਿੱਤਾ ਠੀਕ ਹੈ ਜੀ ਜਿੰਨੇ ਮਤਲਬ ਚੋਰ ਸੀ ਉਹਨਾਂ ਸਾਰੇ ਚੋਰਾਂ ਨੂੰ ਸਾਰੇ ਡਾਕੂਆਂ ਨੂੰ ਸਾਰੇ ਬੇਈਮਾਨਾਂ ਨੂੰ ਬੇਪਰਦਾ ਕਰ ਦਿੱਤਾ ਹੁਣ ਉਹਨਾਂ ਚੋਰਾਂ ਡਾਕੂਆਂ ਦੇ ਵਿੱਚ ਇੱਕ ਨੰਬਰ ਤੇ ਸੀ ਜਦੋਂ ਇਹ ਜਿਹੜੀ ਬੀਜੇਪੀ ਸੀ ਇਹਨੇ ਤਾਂ ਖੈਰ ਕਦੇ ਮੁਖੌਟਾ ਪਾਇਆ ਹੀ ਨਹੀਂ ਸੀ ਕਿ ਅਸੀਂ ਕਿਸਾਨ ਹਿੱਤੂ ਹਰਨੇਕ ਸਿੰਘ ਜੀ ਹਰਨੇਕ ਸਿੰਘ ਜੀ ਜਿਆਦਾ ਸਖਤ ਭਾਸ਼ਾ ਤਾਂ ਨਹੀਂ ਵਰਤ ਰਹੇ ਆਪਾਂ ਜਿਆਦਾ ਜਿਆਦਾ ਸਖਤ ਭਾਸ਼ਾ ਨਹੀਂ ਵਰਤ ਰਹੇ ਆਪਾਂ ਚੋਰ ਡਾਕੂ ਕਹਿ ਰਹੇ ਆ ਬਿਲਕੁਲ ਨਹੀਂ ਇਦੂ ਠੁਕਵੇ ਸ਼ਬਦ ਕੋਈ ਹੈ ਨਹੀਂ ਕਿ ਤੇ ਵਰਤਨੇ ਚਾਹੀਦੇ ਨੇ ਇਹਦੇ ਨਾਲੋਂ ਸਖਤ ਚੋਰ ਕਿਹਨੂੰ ਕਿਹਾ ਜਾਂਦਾ ਜੀ ਜਿਹੜਾ ਬਿਨਾ ਦੱਸੇ ਤੋਂ ਕਿਸੇ ਦੀ ਚੋਰੀ ਕਰੇ ਕਿਸੇ ਦਾ ਮਾਲ ਚੁੱਕ ਲਿਆ ਹੋਵੇ ਉਹਨੂੰ ਚੋਰ ਕਿਹਾ ਜਾਂਦਾ ਕਾਂਗਰਸ ਪਾਰਟੀ ਨੇ ਡੰਕਲ ਖਰੜੇ ਨੂੰ ਡੰਕਲ ਤਦਵੀਜਾਂ ਨੂੰ ਹਿੰਦੁਸਤਾਨ ਦੇ ਵਿੱਚ ਲਿਆ ਕੇ ਉਦਾਰੀਕਰਨ ਸੰਸਾਰੀਕਰਨ ਤੇ ਨਿੱਜੀਕਰਦੀਆਂ ਨੀਤੀਆਂ ਨੂੰ ਲਾਗੂ ਕਰਕੇ ਸਾਡੀ ਰੋਟੀ ਖੋਹੀ ਕੀ ਚੋਰਨੇਗੇ ਅਕਾਲੀ ਦਲ ਇਹਨਾਂ ਸਾਰੇ ਕਾਨੂੰਨਾਂ ਦੀ ਪੈਰਵਾਈ ਕਰ ਰਿਹਾ ਹੈ ਇਹਨਾਂ ਨੂੰ ਚੰਗੇ ਦੱਸ ਰਿਹਾ ਹੈ ਇਹਨਾਂ ਦੇ ਗੁਣ-ਗੁਨਾ ਰਿਹਾ ਹੈ ਜੇ ਇਹ ਕਿਸਾਨਾਂ ਨੂੰ ਅਸੀਂ ਨਾਸ ਖਾ ਸਕਦੇ ਅਸੀਂ ਨਾ ਸਮਝਾ ਸਕੇ ਹੁੰਦੇ ਇਹ ਕਾਨੂੰਨ ਲਾਗੂ ਹੋ ਜਾਂਦੇ ਕਿਸਾਨਾਂ ਦੀਆਂ ਜ਼ਮੀਨਾਂ ਜਾਂਦੀਆਂ ਉਹਨਾਂ ਦਾ ਬੱਚਿਆਂ ਦਾ ਭਵਿੱਖ ਜਾਂਦਾ ਕੀ ਇਹ ਡਾਕਾ ਨਹੀਂ ਕੀ ਇਹ ਡਾਕੂ ਨਹੀਂ ਸੋ ਇਹ ਜਿੰਨੇ ਚੋਰ ਤੇ ਡਾਕੂ ਨੇ ਇਹ ਕਾਂਗਰਸੀ ਹੋਣ ਇਹ ਅਕਾਲੀ ਹੋਣ ਤੇ ਮੈਂ ਬਿਨਾਂ ਮਤਲਬ ਕਿਸੇ ਲੋਕਲ ਪੇਟੋਕਾ ਨਾ ਇਹ ਜਿਹੜੇ ਸਾਡੇ ਅੱਜਕੱਲ ਬਾਲੇ ਹਮਦਰਦੀ ਬਣੇ ਹੋਏ ਨੇ ਆਮ ਆਦਮੀ ਪਾਰਟੀ ਵਾਲੇ ਸਮੇਤ ਇਹਨਾਂ ਦੇ ਮੈਂ ਕਹਿੰਦਾ ਸੱਤ ਨਾਲੋਂ ਵੱਧ ਚਿਹਰਾ ਨੰਗਾ ਹੀ ਆਮ ਆਦਮੀ ਪਾਰਟੀ ਦਾ ਹੋਇਆ ਦਿੱਲੀ ਦੇ ਵਿੱਚ ਉਹਨਾਂ ਦੀ ਨੀਤੀ ਹੋਰ ਤੇ ਪੰਜਾਬ ਦੇ ਵਿੱਚ ਨੀਤੀ ਹੋਰ ਸੋ ਇਹ ਆ ਕਿ ਜਿੰਨੇ ਵੀ ਹੋਰ ਬਥੇਰੇ ਬੈਠੇ ਹੋਏ ਸੀ ਇੱਥੇ ਆਪਣੇ ਆਪ ਨੂੰ ਕਿਸਾਨ ਹਿੱਤੂ ਕਹਿੰਦੇ ਸੀ ਉਹਨਾਂ ਸਾਰਿਆਂ ਦਾ ਚਿਹਰਾ ਨੰਗਾ ਹੋਇਆ ਏ ਪਰ ਮੇਨ ਜਿਹੜੇ ਵੱਡੇ ਇਹ ਚੋਰ ਤੇ ਡਾਕੂ ਨੇ ਇਹਨਾਂ ਦਾ ਚਿਹਰਾ ਸਭ ਤੋਂ ਵੱਧ ਨੰਗਾ ਹੋਇਆ ਹਰਨੇਕ ਸਿੰਘ ਜੀ ਤੁਸੀਂ ਕਹਿ ਰਹੇ ਹੋ ਕਿ ਸਿਆਸੀ ਤੌਰ ਤੇ ਸਾਰਿਆਂ ਦੇ ਨੀਤੀਆਂ ਦਾ ਬੇਪਰਦਾ ਹੋ ਗਈਆਂ ਮੇਰਾ ਸਵਾਲ ਹੈ ਹਰਨੇਕ ਸਿੰਘ ਜਿਹੜਾ ਜਿਹੜੇ ਏਜੰਡੇ ਤੇ ਹੁਣ ਤੁਸੀਂ ਲੋਕ ਚੱਲਦੇ ਪਿਓ ਜਿਹੜੇ ਚਾਰ ਨੁਕਤੇ ਏਜੰਡਾ ਤੁਸੀਂ ਦਿੱਤਾ ਸਰਕਾਰ ਨੂੰ ਸਰਕਾਰ ਗੱਲਬਾਤ ਲਈ ਸਹਿਮਤ ਹੈ ਮੈਂ ਸਰ ਤੁਹਾਨੂੰ ਹਰ ਸਖਸ਼ੇ ਸਵਾਲ ਕਰਦਾ ਹੋਊਗਾ ਤੁਹਾਨੂੰ ਗੱਲਬਾਤ ਦੇ ਵਿੱਚ ਕੋਈ ਹੱਲ ਦੀ ਉਮੀਦ ਲੱਗਦੀ ਆ ਮੇਰਾ ਸਵਾਲ ਇਹ ਨਹੀਂ ਸਰ ਮੇਰਾ ਸਵਾਲ ਇਹ ਆ 30 ਤਰੀਕ ਨੂੰ ਗੱਲਬਾਤ ਕਿੰਨੀ ਅੱਗੇ ਤੁਰੂਗੀ ਦੇਖੋ 사ਜੂ ਇਹ ਲੱਗਦਾ ਏ ਇਹ ਪਹਿਲੀ ਗੱਲ ਤਾਂ ਹੋ ਗਿਆ ਕਿ ਇਹ ਅੱਗੇ ਹੋਵੇਗਾ ਕੀ ਹੂੰ ਅੱਗੇ ਇਹ ਹੋਵੇਗਾ ਕਿ ਕਾਨੂੰਨ ਰੱਦ ਹੋਣਗੇ ਕਦੋਂ ਤੱਕ ਹੋਣਗੇ ਅਸੀਂ ਸਾਫ਼ ਤੇ ਸਪਸ਼ਟ ਇਹ ਜਾਣਦੇ ਆ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੀ ਅੱਜ ਸਰਕਾਰ ਹੈ ਰਾਜ ਤੇ ਸਰਕਾਰ ਦੋਵੇਂ ਧਿਰਾਂ ਅੱਜ ਰਾਜ ਦਾ ਵੀ ਇਹ ਆ ਕਿ ਜੇ ਇਹ ਕਾਨੂੰਨ ਰੱਦ ਕਰਨੇ ਹੀ ਪੈਣੇ ਨੇ ਤਾਂ ਵੀ ਫਿਰ ਉਹਨਾਂ ਵਿੱਚੋਂ ਕੀ ਖੱਟੀ-ਖੱਟੀ ਜਾਵੇ ਸਰਕਾਰ ਦਾ ਵੀ ਇਹੀ ਹੈ ਕਿ ਕਾਨੂੰਨ ਤਾਂ ਉਹ ਰੱਦ ਕਰਨੇ ਪਏ ਨੇ ਕਿਸਾਨਾਂ ਨੇ ਜਿੱਦ ਫੜ ਲਈ ਉਹਨਾਂ ਦੀ ਰੋਟੀ ਦਾ ਸਵਾਲ ਏ ਉਹਨਾਂ ਨੂੰ ਸਮਝ ਆ ਗਈ ਪਰ ਹੁਣ ਇਹਦੇ ਵਿੱਚੋਂ ਖੱਟੀ ਕੀ ਖੱਟੀ ਜਾਵੇ ਕਾਨੂੰਨ ਰੱਦ ਕਰਨ ਦੇ ਵਿੱਚੋਂ ਵੀ ਕੀ ਹਾਸਲ ਕੀਤਾ ਜਾਵੇ ਦੋਨੋਂ ਦਾ ਹੀ ਇਰਾਦਾ ਸਰਕਾਰ ਦਾ ਵੀ ਤੇ ਰਾਜਦਾਨੀ ਸਾਨੂੰ ਇਹ ਲੱਗਦਾ ਹੈ ਕਿ ਜੇ ਟਾਈਮ ਵਾਲੀ ਗੱਲ ਏ ਕਿ ਕਦੋਂ ਤੱਕ ਹੋਵੇਗਾ ਤਾਂ ਜਿਹੜੀਆਂ ਉਮੀਦਾਂ ਲਾ ਕੇ ਮੋਦੀ ਹਕੂਮਤ ਬੈਠੀ ਹੋਈ ਏ ਜਿਹੜੀਆਂ ਉਮੀਦਾਂ ਲਾ ਕੇ ਬੀਜੇਪੀ ਦੀ ਸਰਕਾਰ ਬੈਠੀ ਏ ਜਦੋਂ ਤੱਕ ਉਹ ਉਮੀਦਾਂ ਉਹਨਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਸਾਨੂੰ ਸਰਕਾਰਾਂ ਤੇ ਬਿਠਾਈ ਰੱਖਣਗੇ ਠੀਕ ਠੀਕ ਹੈ محمد ਖਾਲਿਦ ਸਾਹਿਬ ਹਰਨੇਸ਼ ਸਿੰਘ ਅਰਣ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਹੈ ਉਹ ਇਹ ਗੱਲ ਕਹਿ ਰਿਹਾ ਹੈ ਕਿ ਖੱਟੀ ਕੋਈ ਖੱਟਣਾ ਚਾਹੁੰਦਾ ਵਿੱਚੋਂ ਸਰਕਾਰ ਵੀ ਜੇ ਰਿਪੀਲ ਸ਼ਬਦ ਤੋਂ ਅੱਗੇ ਵਧਦੀ ਹੈ ਰਿਪੀਲ ਸ਼ਬਦ ਤੋਂ ਇਲਾਵਾ ਕੋਈ ਹੋਰ ਸ਼ਬਦ ਇਸਤੇਮਾਲ ਕਰਨਾ ਚਾਹੁੰਦੀ ਹੈ ਉਹਨਾਂ ਦੇ ਵਿੱਚੋਂ ਲਾਹਾ ਕੀ ਲਿਆ ਜਾਵੇ ਖਾਲਿਦ ਸਾਹਿਬ ਹਰਨੇਕ ਸਿੰਘ ਹਰਨਾ ਦਾ ਖਸਚਾ ਇਹ ਹੈ ਇਹ ਕਹਿੰਦੇ ਕਾਨੂੰਨ ਤਾਂ ਰੱਦ ਕਰਨੇ ਪੈਣਗੇ ਸਰਕਾਰ ਕਹਿੰਦੀ ਕਾਨੂੰਨ ਰੱਦ ਨਹੀਂ ਹੋਣਗੇ ਖਾਲਸਾ ਸਾਹਿਬ ਦੇਖੋ ਇਹਦਾ ਕੇ ਪੀਜੀ ਕੇ ਕਾਨੂੰਨ ਮੈਂ ਪਹਿਲਾਂ ਵੀ ਪਹਿਲੇ ਸੈਗਮੈਂਟ کہہ ਚੁੱਕੇ ਹਾਂ ਕਿ ਜਿਸ ਵੇਲੇ ਕੋਈ ਵੀ ਪਾਰਲੀਮੈਂਟ ਚੋ ਕਾਨੂੰਨ ਬੰਦਦਾ ਹੈ ਤੇ ਰਾਸ਼ਟਰਪਤੀ ਦੀ ਮੋਰ ਲੱਗ ਜਾਂਦੀ ਹੈ ਉਸ ਦੇ ਬਾਅਦ ਉਹਨੂੰ ਰੱਦ ਕਰਨਾ ਉਹਨੂੰ ਐਮੈਂਡ ਕਰਨਾ ਜੋ ਕੁਝ ਵੀ ਉਹ ਪਾਰਲੀਮੈਂਟ ਕਰ ਸਕਦੀ ਹੈ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਕਰੇ ਮੋਦੀ ਸਰਕਾਰ ਜਾਂ ਪਾਰਲੀਮੈਂਟ ਦੇ ਸੈਸ਼ਨ ਤੋਂ ਇਲਾਵਾ ਨੋਟੀਫਾਈ ਕਰੇ ਕਿ ਨਹੀਂ ਜੀ ਇਹ ਕਾਨੂੰਨ ਲਾਗੂ ਨਹੀਂ ਹੋਣਗੇ ਜਦ ਤੱਕ ਕੋਈ ਸੈਟੀਸਫੈਕਸ਼ਨ ਨਹੀਂ ਹੁੰਦੀ ਉਹਨਾਂ ਧਿਰਾਂ ਦੀ ਜਿਹੜੇ ਇਹਨੂੰ ਅਪੋਜ਼ ਕਰ ਰਹੇ ਹੋ ਖਾਸ ਤੌਰ ਪਰ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਹੈ ਜਾਂ ਉਹ ਕਹੇ ਕਿ ਅਸੀਂ ਟੋਟਲ ਕਾਨੂੰਨਾਂ ਨੂੰ ਰਿਪੈਲ ਕਰ ਰਹੇ ਹਾਂ ਅਸੀਂ ਖਤਮ ਕਰ ਰਹੇ ਹਾਂ ਉਹ ਚੀਜ਼ ਜਿਹੜੀ ਹੈਗੀ ਹੈ ਆਊਟ ਆਫ ਦਾ ਪਾਰਲੀਮੈਂਟ ਪੋਸੀਬਲ ਨਹੀਂ ਹੈ ਪਾਰਲੀਮੈਂਟ ਦਾ ਸੈਸ਼ਨ ਬੁਲਾ ਲੈਣਾ ਚਾਹੀਦਾ ਹੈ ਬੁਲਾ ਕੇ ਉੱਥੇ ਇਹ ਗੱਲ ਕਰਨੀ ਚਾਹੀਦੀ ਹੈ ਕਿ ਆ ਖੱਦ ਸੇ ਜਿਹੜੇ ਹੈ ਗਏ ਸਾਰੀਆਂ ਫਾਰਮਰਜ਼ ਯੂਨੀయన్స్ ਨੇ ਬਿਆਖਤ ਕੀਤੇ ਹਨ ਉਹਨਾਂ ਦਾ ਸਮਾਧਾਨ ਅਸੀਂ ਇਹ ਕਰ ਰਹੇ ਹਾਂ ਔਰ ਇਹ ਕਾਨੂੰਨ ਨੂੰ ਕੋਈ ਨਵਾਂ ਨੌ ਦਿੱਤਾ ਜਾਵੇ ਯਾ ਇਹ ਕਾਨੂੰਨ ਨੂੰ ਖਤਮ ਕੀਤਾ ਜਾਵੇ ਇਹ ਜਿਹੜਾ ਹੈਗਾ ਸਰਕਾਰ ਕਰ ਸਕਦੀ ਹੈ ਖਾਲੀ ਸਾਹਿਬ ਖਾਲੀ ਸਾਹਿਬ ਖਾਲੀ ਸਾਹਿਬ ਸਰਕਾਰ ਇਹ ਕਹਿ ਚੁੱਕੀ ਹੈ ਪਾਰਲੀਮੈਂਟ ਦੇ ਸੈਸ਼ਨ ਵਿੱਚ ਹੀ ਸਭ ਕੁਝ ਅਸੀਂ ਕੀਤਾ ਹਾਲਾਂਕਿ ਰਾਜ ਸਭਾ ਦੇ ਵਿੱਚ ਜਿਹੜੀ ਕਾਰਵਾਈ ਹੋਣ ਤੇ ਸਵਾਲ ਵੀ ਬੜੇ ਉੱਠੇ ਹੈ ਪਰ ਵਾਰ-ਵਾਰ ਸਰਕਾਰ ਨੇ ਕਿਹਾ ਬਹਿਸ ਹੋ ਚੁੱਕੀ ਹੈ ਹੁਣ ਪਾਰਲੀਮੈਂਟ ਸੈਸ਼ਨ ਦੁਬਾਰਾ ਨਹੀਂ ਸੱਦਾ ਜਾਣਾ ਸਰ ਸਰਕਾਰ ਤਾਂ ਵਾਰ-ਵਾਰ ਇਹ ਗੱਲ ਕਹਿ ਚੁੱਕੀ ਹੈ ਹੁਣ ਆਪਾਂ ਦੁਬਾਰਾ ਕੀ ਉਮੀਦ ਕਰਦੇ ਪਿਓ ਨਾ ਸਰਕਾਰ ਸਰਕਾਰ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੀ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਲੇਕਿਨ ਜਿਸ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਔਰ ਸਿਰਫ ਇੱਥੇ ਨਹੀਂ ਹੋ ਰਿਹਾ ਕਹਿੰਦਾ ਕਹਿੰਦੇ ਪੰਜਾਬ ਹਰਿਆਣਾ ਦਾ ਇਹ ਐਜੀਟੇਸ਼ਨ ਹੈ ਹੁਣ ਜਿਹੜਾ ਰਾਜਸਥਾਨ ਵੀ ਹੈ ਯੂਪੀ ਵੀ ਹੈ ਪ੍ਰਦੇਸ਼ ਵੀ ਹੈ ਔਰ ਵਰਲਡਵਾਈਡ ਜਿਸ ਤਰੀਕੇ ਦੇ ਨਾਲ ਇਹਨੂੰ ਸਪੋਰਟ ਮਿਲ ਰਹੀ ਹੈ ਤਾਂ ਸਰਕਾਰ ਦੇ ਉੱਪਰ ਇੱਕ ਪ੍ਰੈਸ਼ਰ ਤਾਂ ਹੈ ਔਰ ਮੈਂ ਤੁਹਾਨੂੰ ਦੱਸਦਾ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਕੋਈ ਈਗੋ ਨੂੰ ਲੈ ਕੇ ਨਹੀਂ ਚਲਦੀਆਂ ਹੁੰਦੀਆਂ ਸਰਕਾਰਾਂ ਜਦ ਚਲਦੀਆਂ ਉਹ ਲੋਕਾਂ ਦੇ ਹਿੱਤ ਨੂੰ ਸਾਹਮਣੇ ਰੱਖ ਕੇ ਚਲਦੀਆਂ ਜਿਨ੍ਹਾਂ ਵਾਸਤੇ ਤੁਸੀਂ ਕਾਨੂੰਨ ਬਣਾ ਰਹੇ ਹੋ ਅਗਰ ਉਹਨਾਂ ਨੂੰ ਐਕਸੈਪਟੇਬਲ ਨਹੀਂ ਹੈ ਤਾਂ ਉਹਨਾਂ ਨੂੰ ਉਹਦੇ ਉੱਪਰ ਇੰਪੋਜ਼ ਨਹੀਂ ਕਰਨਾ ਚਾਹੀਦਾ ਉਹਦੇ ਵਾਸਤੇ ਤੁਹਾਨੂੰ ਕੋਈ ਰਸਤਾ ਲੱਭਣਾ ਚਾਹੀਦਾ ਇੱਕ ਮੈਂ ਲਾਸਟ ਪੁਆਇੰਟ ਇਹ ਕਹਵਾ ਕਿ ਜਿਸ ਵੇਲੇ ਕੋਈ ਵੀ ਐਜੀਟੇਸ਼ਨ ਲੰਬਾ ਚੱਲਦਾ ਹੈ ਸਰਕਾਰ ਨੂੰ ਉਹਦੇ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਹੈ ਜਾਂ ਕੋਈ ਵੀ ਐਡਮਿਨਿਸਟ੍ਰੇਸ਼ਨ ਇਸਟੈਬਲਿਸ਼ਮੈਂਟ ਹੈ ਉਹਨੂੰ ਨਿਕਲਣਾ ਔਖਾ ਹੋ ਜਾਂਦਾ ਹੈ ਉਹ ਫਿਰ ਕੋਈ ਨਾ ਕਿ ਉਹਦੇ ਵਿੱਚੋਂ ਬੈਸਟ ਐਲੀਮੈਂਟ ਲੱਭਦੀਆਂ ਕਿ ਸਾਨੂੰ ਅਗਰ ਇੰਨਾ ਹੀ ਮਿਲ ਜਵੇ ਇਹ ਬਹੁਤ ਹੈ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਆ ਗਈ ਹੈ ਉਹ ਕਾਨੂੰਨਾਂ ਨੂੰ ਰੱਦ ਕਰਕੇ ਜਾਂ ਉਹਦੇ ਵਿੱਚੋਂ ਲੱਭਣਾ ਚਾਹੁੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਕਿਵੇਂ ਸਾਡਾ ਹਿੱਤ ਦੇ ਵਿੱਚ ਮਿਲੇ ਇਹ ਇਸ ਵੇਲੇ ਬੜਾ ਮੁਸ਼ਕਿਲ ਹੈ ਸਰਕਾਰ ਵਾਸਤੇ ਠੀਕ ਹੈ ਅ ਡਟਾ ਗਰਗ ਇੱਕ ਤਾਂ ਜਦੋਂ ਵਾਰ-ਵਾਰ ਸਰਕਾਰ ਵੱਲੋਂ ਇਹ ਗੱਲ ਕਹੀ ਜਾਂਦੀ ਕਿ ਖਾਲੀ ਡੱਬਾ ਪਿਆ ਸਾਡੇ ਕੋ ਖਾਲੀ ਡੱਬਾ ਤਰਹਿੰਦੋ ਇੱਕ ਜਦੋਂ ਸਰਕਾਰ ਦਾ ਇੱਕ ਨੁਮਾਇੰਦਾ ਇਹ ਕਹਿ ਦਵੇ ਕਿ ਡੇਢ ਦੋ ਸਾਲ ਦੇਖ ਲਓ ਉਦੋਂ ਬਾਅਦ ਦੇਖ ਲੈਣੇ ਆ ਜੇ ਸੌਦਾ ਕੰਦੀ ਲੋੜ ਪਈ ਤਾਂ ਕਰ ਲਾਂਗੇ ਸਰ ਡਟਾ ਗਰਗ ਇਸ ਤੇ ਸਰਕਾਰ ਬੈਕਫੋਰਡ ਤੇ ਨਜ਼ਰ ਆਉਂਦੀ ਹੈ ਤੁਹਾਨੂੰ ਜਾਂ ਸਰਕਾਰ ਫਰੰਟਫੋਰਡ ਤੇ ਨਜ਼ਰ ਆਉਂਦੀ ਹੈ ਦੇਖੋ ਪਹਿਲਾਂ ਮੈਂ ਤੁਹਾਡੀ ਗੱਲ ਤੋਂ ਪਹਿਲਾਂ ਇੱਕ ਤਾਂ ਖਾਲਸਾ ਸਾਹਿਬ ਨੇ ਜਿਵੇਂ ਕਿ ਐਸੀ 골ਡ ਸ਼ਿਫਟ ਹੋਣ ਦੀ ਸਰਕਾਰ ਵੀ ਕਹਿੰਦੀ ਸੀ ਕੋਈ ਕਿਸਾਨਾਂ ਨੇ ਕੋਈ 골ਡ ਸ਼ਿਫਟ ਨਹੀਂ ਕਰਿਆ ਮੇਰੇ ਹਿਸਾਬ ਨਾਲ ਕਿਸਾਨਾਂ ਨੇ ਡੇ ਰੰਤ ਤੋਂ ਕਿਹਾ ਐਮ ਐਸ ਪੀ ਵਿਦ ਅਸ਼ੂਰਡ ਪ੍ਰਾਈਸ ਜਿੰਨੇ ਕਾਨੂੰਨ ਵਾਪਸ ਲਓ ਬਿਜਲੀ ਸੁਪ ਕਰ ਜਿਹੜਾ ਤੁਸੀਂ ਬਿੱਟ ਬਣਾਇਆ ਹੈ ਉਹ ਵਾਪਸ ਲਓ ਤੇ ਜਿਹੜਾ ਤੁਸੀਂ ਪ੍ਰਾਲੀ ਸਾੜਨੇ ਵਾਸਤੇ ਆਰਡੀਨੇਂਸ ਉਹਨੂੰ ਵਾਪਸ ਲਓ ਇਹ ਕੋਈ ਇੰਨਾ ਇੰਚ ਪਰ ਵੀ ਜਿੰਨੇ ਨਾ ਸਟਰਗਲ ਚੱਲਿਆ ਉਹ ਠੀਕ ਐ ਐਮਐਸਬੀ ਬੋਕਸ ਹੋ ਜਾਂਦੀ ਐ ਫਲਾਣਾ ਕਈ ਵਾਰ ਸਵਾਲ ਪੁੱਛਦੇ ਨੇ ਇਹ ਇਹ ਮੰਗਾ ਜੇ ਵੰਤੋਂ ਨੇ ਇਹ ਕੋਈ ਹੋਰ ਵੀ ਗੋਡੀ ਛੁਪਦੇ ਆ ਦੂਜੀ ਗੱਲ ਕਹਾਂਗਾ ਇਹ ਸਰਕਾਰ ਜਿਹੜੀ ਐ ਉਹ ਕਹਿੰਦੇ ਨੇ ਅੱਗੇ ਵੀ ਜਾਂਦੀ ਐ ਤੇ ਪਿੱਛੇ ਵੀ ਜਾਂਦੀ ਐ ਰਾਜਨਾਸ਼ ਜੀ ਪਹਿਲਾਂ ਤਾਂ ਚੁੱਪ ਸੀਗੇ ਹੁਣ ਕਹਤਾ ਜੀ ਤੁਸੀਂ 2 ਸਾਲ ਦੇਖ ਲਓ 2 ਸਾਲ ਕੀ ਦੇਖਣਾ ਦੁਨੀਆਂ ਨੇ ਦੇਖੇ ਹੋਏ ਨੇ ਕਾਨੂੰਨ ਤਾਂ ਅਸਲ 'ਚ ਜਿਹੜੀ ਹੁਣ ਵੀ ਚਿੱਟੀ ਕੱਢੀ ਐ ਜੇ ਆਪਾਂ ਚਿੱਠੀ ਦਾ ਦੇਖੀਏ ਜਦ ਕਿਸਾਨਾਂ ਨੇ ਇਹ 5 ਪੁਆਇੰਟ ਲਿਖਤੇ ਵੀ ਜੇ ਗੱਲ ਇਹ ਤੇ ਕਰ ਕਰ ਦੋ ਨਹੀਂ ਤਾਂ ਕੋਈ ਫਾਇਦਾ ਨਹੀਂ ਹੈ ਟਾਈਮ ਪੀ ਦੇਤਾ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਹਾਂ ਸੀ ਇੰਨਾ ਤੇ ਉਹਨਾਂ ਨੂੰ ਗੋਲਗੀ ਕਰਕੇ ਦਿੱਖਦਾ ਪਹਿਲਾਂ ਪਹਿਰਾ ਵੀ ਕਾਨੂੰਨ ਤੇ ਫਲਾਣਾ ਤੁਸੀਂ ਗੱਲ ਕਰੀ ਐ ਮੈਨੂੰ ਇਹ ਲੱਗਦਾ ਹੈ ਵੀ ਹੁਣ ਜਿਹੜੀ ਗੱਲ 30 ਤਰੀਕ ਨੂੰ ਕਰਨਗੇ ਉੱਥੇ ਫੇਰੇ ਲੈ ਕੇ ਆਉਣਗੇ ਵੀ ਦੇਖੋ ਅੱਛਾ ਬੀਬੀ ਸੋਧਦਾ ਸੀ ਉੱਤੇ ਮੈਂਸ਼ਨ ਨਹੀਂ ਕਰਿਆ ਸੀ ਜੀ ਉਹ ਕਰ ਦਿੰਦੇ ਆ ਕੀ ਚਾਹੁੰਦੇ ਹੋ ਪਰਾਲੀ ਦਾ ਕੀ ਚਾਹੁੰਦੇ ਹੋ ਅਸੈਂਸ਼ੀਅਲ ਕਮੋਡਿਟੀ ਆਲਾ ਕੀ ਚਾਹੁੰਦੇ ਹੋ ਜੇ ਕਿਸੇ ਦੇ ਮਨ 'ਚ ਇਹ ਹੈ ਕਿ 30 ਤਰੀਕ ਨੂੰ ਇਹ ਬਿਲ ਰੱਦ ਕਰ ਦੂਗੀ ਸਰਕਾਰ ਉਹ ਮੈਨੂੰ ਲੱਗਦਾ ਨਹੀਂ ਬਾਕੀ ਤਾਂ ਸਮਾਂ ਬਹੁਤ ਕੁਝ ਹੋ ਜਾਂਦਾ ਹੈ ਇੱਕ ਠੀਕ ਹੈ ਦੂਜੀ ਗੱਲ ਇਹ ਹੈ ਸਰਕਾਰ ਇਹ ਸੱਚਮੁੱਚ ਸਰਕਾਰ ਬੈਕਫੁੱਟ ਤੇ ਹੈਗੀ ਹੈਗੀ ਔਰ ਉਹਨੂੰ ਜਾਣਾ ਪੈਣਾ ਇਹ ਕਾਨੂੰਨ ਰੱਦ ਕਰਨੇ ਹੀ ਪੈਣੇ ਨੇ ਇਹਦੇ ਦੋ ਕਾਰਨ ਨੇ ਇੱਕ ਤਾਂ ਇਹ ਹੈ ਵੀ ਪੂਰੇ ਦਾ ਪੂਰਾ ਮੜਖਈਆ ਉੱਥੇ ਬੈਠਾ ਹੈ ਦੂਜਾ ਕਾਰਨ ਇਹ ਹੈ ਕਿ ਇਹ ਸਟਰਗਲ ਏਡਾ ਵੱਡਾ ਸ਼ਾਂਤਮਈ ਸਟਰਗਲ ਆ ਕਿ ਸਰਕਾਰ ਕੋਲ ਜਵਾਬ ਦੇਣ ਨੂੰ ਕੁਝ ਨਹੀਂ ਔਰ ਪੂਰੀ ਦੁਨੀਆ ਨਰ ਪਰ ਰੱਦ ਕਿਉਂ ਨਹੀਂ ਕਰ ਰਹੀ ਮਾਈਕਲ ਇੱਕ ਦਾ ਵਿਕਾਸ ਦਾ ਮਾਡਲ ਜਿਹੜਾ ਫੇਲ ਹੋ ਚੁੱਕਿਆ ਦੁਨੀਆ ਚੋਂ ਲੈ ਕੇ ਆਏ ਨੇ ਜਦ ਵੈਸਟਰੇ ਵਿੱਚੋਂ ਮਾਡਲ ਫੇਲ ਹੋ ਚੁੱਕਿਆ ਠੇਕਾ ਖੇਤੀ ਜੇ ਉਹ ਕਾਰਪੋਰੇਟਾਈਜੇਸ਼ਨ ਦਾ ਇੱਥੇ ਲੈ ਕੇ ਕਿਉਂ ਆਣੇ ਉਹ ਆਪ ਦਾ ਕੂੜ ਕਬਾੜ ਸਾਡਾ ਡਾਕਟਰ ਜੀ ਵੀ ਇਹ ਤਜਰਬਾ ਹੈ ਜਿਹੜਾ ਉਹਨਾਂ ਦਾ ਕੂੜ ਕਬਾੜ ਹੈ ਨਾ ਉਹ ਚੰਨੀ ਸਾਹਿਬ ਨੇ ਨਾ ਜਿਹੜੇ ਬੀਜਪੀ ਦੇ ਵਿਦਰ ਇਹ ਸਾਡੇ ਉਹ ਹੁੰਦੇ ਸੀ ਉਹਨਾਂ ਨੂੰ ਮੈਂ ਆਖਿਆ ਸੀ ਮੈਂ ਉਹਨਾਂ ਦਾ ਕੂਡਕਵਾੜ ਨਾ ਖਰੀਦ ਲੋ ਜਿਹਨੇ ਸ਼ਰਤਾ ਤਲਾ ਪੀ ਲਾਤੀਆਂ ਇੱਕ ਤਾਂ ਉਹ ਕੂਡਕਵਾੜ ਇੱਥੇ ਸੁੱਟ ਰਹੇ ਨੇ ਉਹ ਆਲਰੇਡੀ ਫੇਲ ਹੋ ਚੁੱਕਾ ਮਾਡਲ ਜਿਹੜਾ ਮਿਜ਼ਰੇਬਲੀ ਫੇਲਡ ਮਾਡਲ ਇਹਦੇ ਵਿੱਚ ਕਿਸਾਨ ਬਾਹਰ ਜਾ ਰਿਹਾ ਹੈ ਪੈਸਾ ਬਹੁਤ ਦੇਣਾ ਪੈਂਦਾ ਕਿਸਾਨ ਨੂੰ ਖੇਤੀ ਕੱਟੇ ਦਾ ਸਦਾ ਬਣਾਤਾ ਇਹਨਾਂ ਨੇ ਦੂਜਾ ਇਹ ਐਂਟੀ ਹਿਊਮਨ ਐਂਟੀ ਨੇਚਰ ਹੈ ਇਹ ਤਾਂ ਹੈਗਾ ਇੱਕ ਪਾਸਾ ਅਗਲਾ ਪਾਸਾ ਕੀ ਹੈ ਵੀ ਸਰਕਾਰ ਦਮ ਤੱਕ ਭਰਦੀ ਹੈ ਕਾਰਪੋਰੇਟਾਂ ਦਾ ਖੜਦੀ ਤਾਂ ਕਾਰਪੋਰੇਟ ਨਾਲ ਆ ਯਾਰੀ ਉਹਦੀ ਕਾਰਪੋਰੇਟ ਨਾਲ ਆ ਪਰ ਲੋਕਾਂ ਨੂੰ ਭੁਣਾਉਂਦੀ ਆ ਇਸ ਕਰਕੇ ਜਿਹੜਾ ਹੈ ਉਹ ਤਾਂ ਨਹੀਂ ਰੱਦ ਕਰ ਰਹੀ ਠੀਕ ਹੈ ਮੈਂ ਮੈਂ ਇਸ ਸਵਾਲ ਤੇ ਵਾਪਸ ਆਉਂਗਾ ਇਸੇ ਸਵਾਲ ਤੇ ਵਾਪਸ ਆਉਂਗਾ ਠੀਕ ਹੈ ਬਹੁਤ ਇਨਾ ਜਿਆਦਾ ਬਿਲਡ ਹੋ ਰਿਹਾ ਹੈ ਮੈਂ ਹੁਣੇ ਇੱਕ ਦੇਖ ਰਿਹਾ ਸੀ ਉਹਨਾਂ ਦੇ ਪਿੰਦੇ ਵਿੱਚੋਂ 10 ਲੱਖ ਦਾ ਸਮਾਨ ਇਕੱਠਾ ਹੋਇਆ ਠੀਕ ਹੈ ਸਰ ਮੈਂ ਛੋੜਿਆ ਦੇਖ ਲੈਣਾ ਮੈਂ ਡਾਟਾ ਕਰ ਵਾਪਸ ਆਉਂਗਾ ਸਰ ਜਿਹੜਾ ਜਿਹੜਾ ਸਵਾਲ ਤੁਸੀਂ ਚੁੱਕਿਆ ਕਿ ਕਾਰਪੋਰੇਟਸ ਦੀਆਂ ਨੀਤੀਆਂ ਜਿਹੜੀਆਂ ਉਹਨੂੰ ਫਾਲੋ ਕੀਤਾ ਜਾ ਰਿਹਾ ਜਿਹੜਾ ਦੁਨੀਆ ਦੇ ਵਿੱਚ ਫੇਲ ਹੋਇਆ ਮਾਡਲ ਉਸਨੂੰ ਅਡਾਪਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਸਭ ਦੇ ਵਿਚਾਲੇ ਸਵਾਲ ਇਹ ਹੈਗਾ ਕਿ ਪ੍ਰੈਸ਼ਰ ਕਿਉਂ ਹੈਗਾ ਦੇਸ਼ ਦੀ ਕੇਂਦਰ ਸਰਕਾਰ ਤੇ ਪ੍ਰੈਸ਼ਰ ਕਿਸਾਨਾਂ ਦਾ ਜ਼ਿਆਦਾ ਹੈ ਜਾਂ WTO ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹਦਾ ਜ਼ਿਆਦਾ ਹੈਗਾ ਕਾਰਪੋਰਟ ਵਰਡ ਦਾ ਪ੍ਰੈਸ਼ਰ ਕਿਉਂ ਜ਼ਿਆਦਾ ਹੈਗਾ ਇਸ ਪ੍ਰੈਸ਼ਰ ਨੂੰ ਸਮਝਣਾ ਪਵੇਗਾ ਉਸ ਪ੍ਰੈਸ਼ਰ ਦੇ ਵਿੱਚ ਹੀ ਅਜੰਡਾ ਛੁਪਿਆ ਹੋਇਆ ਹੈ ਇਸ ਲਈ ਇਹ ਸਵਾਲ ਪੁੱਛ ਰਹੇ ਕਿਹੜੇ ਝੰਡੇ ਚ ਫਸਿਆ ਦੋਨੋਂ ਵਾਪਸ ਆ ਰਹੇ ਅੱਛਾ ਵੱਡਾ ਸਵਾਲ ਸਹੀ ਪੁੱਛ ਰਹੇ ਆ ਦਿੱਲੀ ਸਰਾਤੇ 33 ਦਿਨਾਂ ਦਾ ਅੰਦੋਲਨ ਮਗਰੋਂ ਕਿਸਾਨ ਤੇ ਕੇਂਦਰ ਸਰਕਾਰ ਕਿੱਥੇ ਖੜੇ ਡਟਕਰ ਬਹੁਤ ਸੰਖੇਪ ਵਿੱਚ ਮੈਨੂੰ ਜਵਾਬ ਦੇ ਦਿਓ ਸਰ ਉਸ ਤੋਂ ਬਾਅਦ ਮੈਂ ਡਿਬੇਟ ਅੱਗੇ ਵਧਾਉਣੀ ਹੈ ਤੁਸੀਂ ਜਿਹੜੀ ਗੱਲ ਕੀ ਹੈ ਕਾਰਪੋਰੇਟਸ ਦਾ ਫੇਲ ਮਾਡਲ ਜਿਹੜਾ ਉਹ ਅਡਾਪਟ ਕੀਤਾ ਜਾ ਰਿਹਾ ਮੇਰਾ ਸਵਾਲ ਹੈ ਸਰ ਇੱਕ ਤਾਂ ਪ੍ਰੈਸ਼ਰ ਕਿਸਾਨਾਂ ਵੱਲੋਂ ਇੱਥੇ ਬਹੁਤ ਹੈ ਇੱਕ ਤੁਸੀਂ ਕਹਿ ਰਹੇ ਹੋ ਕਾਰਪੋਰੇਟ ਵਰਡ ਦਾ ਪ੍ਰੈਸ਼ਰ ਹੈ ਇੱਕ ਸਰ ਡਬਲਯੂਟੀਓ ਦਾ ਵੀ ਪ੍ਰੈਸ਼ਰ ਹੈ ਸਰ ਕਿਹੜੇ ਪ੍ਰੈਸ਼ਰ ਦੇ ਵਿੱਚ ਅਜੰਡਾ ਜਿਹੜਾ ਫਸਿਆ ਹੋਇਆ ਡਟਕਰ ਦੇਖੋ ਅਜੰਡਾ ਤਾਂ ਡਬਲਯੂਟੀਓ ਤੇ ਕਾਰਪੋਰੇਟ ਦੇ ਪ੍ਰੈਸ਼ਰ 'ਚ ਹੀ ਫਸਿਆ ਹੋਇਆ ਨਹੀਂ ਤਾਂ ਇਹਨਾਂ ਨੂੰ ਵਾਪਸ ਲਾਈਨ ਦੇ ਵਿੱਚ ਕੋਈ ਦਿੱਕਤ ਨਹੀਂ ਜਿਹੜਾ ਇਹ ਕਿਹਾ ਜਾਂਦਾ ਵੀ ਮੋਦੀ ਜਿੱਦੀ ਨੇ ਤੇ ਜਿੱਦ ਕਰਕੇ ਉਹ ਸੋਚਦੇ ਨੇ ਉਹ ਬੜਾ ਛੋਟਾ ਫੈਕਟਰ ਹੈਗਾ ਫੈਕਟਰ ਉਹ ਕਿਉਂਕਿ ਇਹਨਾਂ ਨੇ ਜੀਐਸਟੀ ਕਰੀ ਇਹਨਾਂ ਨੇ ਨੋਟਬੰਦੀ ਕਰੀ ਤੇ ਕਰੋਨਾ ਤੇ ਦੇ ਵਿੱਚ ਜੋ ਕਰਿਆ ਸ਼ਹੀਨ ਬਾਗ ਦਾ ਜੋ ਕਰਿਆ 370 ਦਾ ਜੋ ਕਰਿਆ ਉਹ ਤੇ ਇਹਨਾਂ ਨੂੰ ਸਿਆਸੀ ਪਾਰਟੀਆਂ ਨੇ ਭੋਰਾ ਵੀ ਚੁਣੌਤੀ ਨਹੀਂ ਦਿੱਤੀ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਦੇਖਣੀ ਚਾਹੀਦੀ ਸੀ ਜੀ ਐਡੇ ਵੱਡੇ ਕਹਿਰ ਕਾਫਲੀ ਦੇ ਉੱਤੇ ਸੋ ਇਹਨਾਂ ਨੂੰ ਇਹ ਹੌਸਲਾ ਹੋਇਆ ਹੋਇਆ ਸੀ ਇਹਨਾਂ ਨੂੰ ਤਾਂ ਚਿੱਤ ਚੇਤੇ ਵੀ ਨਹੀਂ ਸੀ ਵੀ ਐਡੀ ਵੱਡੀ ਜਿਹੜੀ ਸਟਰਗਲ ਹੈ ਉਹ ਖੜੀ ਹੋ ਜਾ ਹੁਣ ਉਹ ਦੇ ਵਿੱਚੋਂ ਆਪਦਾ ਨੱਕ ਵੱਡਾ ਜਾਂਦਾ ਜਦ ਇਹ ਵੀ ਇੱਕ ਸਵਾਲ ਹੈਗਾ ਤੁਹਾਨੂੰ ਡੱਟ ਗਰਗ ਤੁਹਾਨੂੰ ਮਿਸਟਰ ਮੋਦੀ ਜਿੱਦੀ ਨਹੀਂ ਲੱਗਦੇ ਹਾਂਜੀ ਤੁਹਾਨੂੰ ਮਿਸਟਰ ਮੋਦੀ ਜਿੱਦੀ ਨਹੀਂ ਲੱਗਦੇ ਆਵਾਜ਼ ਨਹੀਂ ਆ ਰਹੀ ਡੱਟ ਗਰ ਮੇਰਾ ਸਵਾਲ ਹੈ ਤੁਹਾਨੂੰ ਮਿਸਟਰ ਮੋਦੀ ਜਿੱਦੀ ਨਹੀਂ ਲੱਗਦੇ ਨਹੀਂ ਮੈਂ ਮੈਂ ਜਿੱਦ ਆ ਇਹ ਜਿੱਦ ਵਾਲਾ ਓਡਾ ਵੱਡਾ ਕਰ ਨਹੀਂ ਹੈ ਹਾਂ ਮੈਂ ਇਹ ਕਹਿਣਾ ਜਿੱਦ ਹੈਗੀ ਹੈ ਪਰ ਉਹਦਾ ਵੱਡਾ ਕਾਰਨ ਹੀ ਹੈ ਉਹ ਸੋਚਦੇ ਨੇ ਵੀ ਜੇ ਕਹਿੰਦੇ ਇਹਨਾਂ ਨੂੰ ਲੈ ਵੀ ਦੇਖੋ ਜੀ ਜੇ ਤੁਸੀਂ ਵਾਪਸ ਕਰਾ ਲਏ ਫਿਰ ਉਹ ਆ ਜਾਣਗੇ ਵਰਕਰ ਵੀ ਆ ਜਾਣਗੇ ਵਰਕਰ ਤਾਂ ਪਹਿਲਾਂ ਨਹੀਂ ਆਏ ਸੋ ਇਹ ਜਿਹੜਾ ਹੈਗਾ ਜਿਹਦੇ ਇੱਕ ਕਾਰਨ ਹੈ ਪਰ ਜਿਹਦੇ ਇ tanto ਵੱਡਾ ਕਾਰਨ ਨਹੀਂ ਪ੍ਰੈਸ਼ਰ ਵੀ ਹੈ ਜਦ ਤੁਸੀਂ ਹਿੱਤ ਤਾਂ ਪਾਲ ਦਿਓ ਮਾਨੀ ਡਾਨੀ ਦੇ ਜਿਨ੍ਹਾਂ ਨੇ ਸਾਨੂੰ ਏਡੇ ਏਡੇ ਫੰਡ ਦਿੱਤੇ ਨੇ ਉਹਨਾਂ ਨੂੰ ਆਪ ਹੀ ਕਹਤਾ ਸੀ ਤੋਮਰ ਸਾਹਿਬ ਨੇ ਵੀ ਜੇ ਥੋੜੀ ਮੰਨਦੇ ਆ ਤਾਂ ਮਾਨੀ ਡਾਨੀ ਉਹ ਨਾਰਾਜ਼ ਹੁੰਦੇ ਨੇ ਜੇ ਉਹਨਾਂ ਦੀ ਮੰਨਿਆ ਤੇ ਤੁਸੀਂ ਨਾਰਾਜ਼ ਹੋ ਜੀ ਚਲੋ ਸਾਹਮਣੇ ਹੋ ਚੁੱਕੀ ਗੱਲ ਹੈ ਠੀਕ ਠੀਕ ਮਮਦ ਖਾਲੀ ਤੁਸੀਂ ਇੱਕ ਵਾਰੀ ਇਹ ਕਹਿੰਦੇ ਮੱਜਨ ਲਈ ਕਹਦੇ ਕੋਈ ਨਹੀਂ ਜੇ ਉਹਨਾਂ ਦੀ ਮੰਨਣਿਆ ਤਾਂ ਤੁਸੀਂ ਨਾਰਾਜ਼ ਹੁੰਦੇ ਹੋ ਇਹ ਨਹੀਂ ਕਹੀ ਪਹਿਲੀ ਗੱਲ ਹੀ ਕਹੀ ਏ ਕਿ ਜੇ ਕਿਸਾਨਾਂ ਦੀ ਮੰਨਣਿਆ ਤਾਂ ਅਦਾਨੀ ਅਮਬਾਨੀ ਨਾਰਾਜ਼ ਹੁੰਦੇ ਠੀਕ ਹੈ ਹਰਨੇਸ਼ ਸਿੰਘ ਜੀ ਵਾਪਸ ਆਉਂਗਾ ਸਾਡੇ ਤੁਹਾਡੇ ਕੋਲੇ ਮਮਦ ਖਾਲੀ ਸਾਹਿਬ ਤੁਸੀਂ ਈਗੋ ਸ਼ਬਦ ਦਾ ਇਸਤੇਮਾਲ ਕੀਤਾ ਸੀਗਾ ਇੱਕ ਸੈਗਮੈਂਟ ਦੇ ਵਿੱਚ ਈਗੋ ਸ਼ਬਦ ਤੁਹਾਡਾ ਭਾਵ ਕੀ ਸੀਗਾ ਕਿੰਦੀ ਈਗੋ ਦੀ ਗੱਲ ਕਰਦੇ ਪਏ ਤੁਸੀਂ ਦੇਖੋ ਈਗੋ ਜਿਹੜੀ ਹੈਗੀ ਆ ਉਹ ਤਾਂ ਆਪਣੇ ਸੈਂਟਰ ਗਵਰਨਮੈਂਟ ਦੀ ਹੈ ਨਾ ਉਹ ਤਾਂ ਸਰਕਾਰ ਦੀ ਈਗੋ ਹੈਗੀ ਹੈ ਸਰਕਾਰ ਨੂੰ ਹੈਗਾ ਵੀ ਅਗਰ ਅਸੀਂ ਇਸ ਕਾਨੂੰਨ ਨੂੰ ਵਾਪਸ ਲੈਣੇ ਆ ਤਾਂ ਕੱਲ ਨੂੰ 370 ਤੇ ਵੀ ਸਵਾਲ ਉੱਠਣਗੇ ਕੱਲ ਨੂੰ ਜਿਹੜੇ ਹੈਗੇ ਹੋਰ ਕਾਨੂੰਨ ਪਾਸ ਕੀਤੇ ਐ ਉਹਨਾਂ ਉੱਪਰ ਵੀ ਸਵਾਲ ਉੱਠਣਗੇ ਵੀ ਉਹ ਕਾਨੂੰਨ ਵੀ ਤੁਸੀਂ ਸਿਰਫ ਆਪਣੀ ਪੋਲਿਟੀਕਲ ਅਜੰਡਾ ਸੈੱਟ ਕਰਨ ਵਾਸਤੇ ਜਿਹਦੇ ਪਿੱਛੇ ਤੁਸੀਂ ਲੱਗੇ ਹੋਏ ਸੀਗੇ ਪਿਛਲੇ 50 ਸਾਲ ਤੋਂ ਉਹਦੇ ਕਰਕੇ ਕੀਤੇ ਆਦਰਵਾਈਜ਼ ਉਹਨਾਂ ਦੇ ਪਿੱਛੇ ਰੈਸ਼ਨਲ ਕੋਈ ਨਹੀਂ ਹੈ ਲੌਜੀਕ ਕੋਈ ਨਹੀਂ ਹੈ ਇਸੇ ਤਰੀਕੇ ਦੇ ਨਾਲ ਇਹ ਅਜੰਡਾ ਐਸੇ ਕਰਕੇ ਮੈਂ ਕਿਹਾ ਵੀ ਜਿਸ ਵੇਲੇ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਜਿਵੇਂ ਕਿ ਇੱਕ ਮੰਤਰੀ ਨੇ ਇੱਕ ਗੱਲ ਕਹੀ ਕਿ ਸਾਡੇ ਕੋਲ 303 ਜਿਹੜੇ ਹੈਗੇ ਆ ਸੀਟਾਂ ਹੈਗੀਆਂ ਉਹ ਸੀਟਾਂ ਐਸੇ ਕਰਕੇ ਹੈ ਸਾਨੂੰ ਕੋ ਮੈਂਡੇਟ ਹੈ ਜਿਹੜਾ ਹੈਗਾ ਨਵੇਂ ਰਿਫਾਰਮਸ ਲਿਆਉਣ ਦੀ ਅਗਰ ਇਹ ਨਵੇਂ ਰਿਫਾਰਮਸ ਦੀ ਮੈਂਡੇਟ ਹੈਗੀ 303 ਇਹਦਾ ਮਤਲਬ ਹੈ ਕਿ ਉਹ ਇੱਕ ਜ਼ਿੱਦ ਤੇੜੇ ਹੋਏ ਆ ਕਿ ਸਾਡੇ ਕੋਲ ਤਾਂ ਮжоਰਿਟੀ ਹੈ ਉਸ ਮжоਰਿਟੀ ਦੇ ਬਿਨਾ ਕੁਝ ਨਹੀਂ ਹੋ ਸਕਦਾ ਉਹ ਸਾਡੇ ਕੋਲ ਹੈ ਠੀਕ ਹੈ ਹਰਨੇਕ ਸਿੰਘ ਜੀ ਜਿੱਦ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾਗਾ ਜੇ ਸਰਕਾਰ ਜਿੱਦ ਕਰੀ ਬੈਠੀ ਹੈ ਸਰ ਤੁਸੀਂ ਜਿੱਦ ਛੱਡ ਦਿਓ ਤੁਹਾਡੇ ਦੇ ਸਵਾਲ ਚੁੱਕੇ ਜਾ ਰਹੇ ਹਰਨੇਸ਼ ਸਿੰਘ ਜੀ ਵੈਸੇ ਹੋ ਸਕਦਾ ਤੁਹਾਨੂੰ ਮੇਰਾ ਸਵਾਲ ਪਸੰਦ ਨਾ ਆਵੇ ਪਰ ਕੁਝ ਲੋਕ ਆ ਜਿਹੜੇ ਜਿਹੜੇ ਪੰਜਾਬ ਤੋਂ ਬਾਹਰਲੇ ਸੂਬੇ ਆ ਉਹਨਾਂ ਵਿੱਚ ਸਵਾਲ ਤੁਹਾਡੇ ਤੇ ਚੁੱਕਿਆ ਜਾ ਰਿਹਾ ਹੈ ਕਿ ਪੰਜਾਬ ਦੀ ਜਥੇਬੰਦੀਆਂ ਜਿਆਦਾ ਜਿੱਦ ਕਰਕੇ ਬੈਠੀਆਂ ਹਰਨੇਸ਼ ਸਿੰਘ ਜੀ ਦੇਖੋ ਜੀ ਜਿੱਦੋ ਕਿਸਾਨਾਂ ਵਾਸਤੇ ਜਿੱਦ ਸ਼ਬਦ ਵਾ ਮਤਲਬ ਟੁੱਕਦਾ ਨਹੀਂਗਾ ਸਾਡੀ ਜਿੱਦ ਕੋਈ ਈਗੋ ਕਰਕੇ ਨਹੀਂ ਹੈਗੀ ਹੁਣ ਤੁਸੀਂ ਕੁੱਕਰ ਨੂੰ ਫੜ ਕੇ ਹਲਾਲ ਕਰਨਾ ਹੈ ਕੁੱਕਰ ਤੁਹਾਡੇ ਅੱਗੇ ਅੱਗੇ ਭੱਜਾ ਫਿਰਦਾ ਤੁਹਾਡੇ ਹੱਥੀ ਨਹੀਂ ਆਉਂਦਾ ਤੁਸੀਂ ਕੀ ਕਹੋਗੇ ਬਹੁਤ ਜੱਦੜੇ ਯਾਰ ਇਹਨੂੰ ਜਿੱਦ ਛੱਡਣੀ ਚਾਹੀਦੀ ਏ ਕਿ ਇਹ ਭੱਜਾ ਫਿਰਦਾ ਮੇਰੇ ਹੱਥੀ ਆਉਣਾ ਚਾਹੀਦਾ ਇਹਨੂੰ ਜਿੱਦ ਛੱਡਣੀ ਚਾਹੀਦੀ ਏ ਸੋ ਅੱਜ ਸਾਡੀ ਹਾਲਤ ਉਹ ਏ ਕਿ ਸਾਨੂੰ ਹਲਾਲ ਕਰਨ ਵਾਸਤੇ ਇਹ ਕਾਨੂੰਨ ਪਾਸ ਕੀਤੇ ਜਾ ਰਹੇ ਨੇ ਹਰਨੇਕ ਸਿੰਘ ਜੀ ਹਰਨੇਕ ਸਿੰਘ ਮੈਂ ਤੁਹਾਡਾ ਸਵਾਲੀ ਅੱਗੇ ਵਧਾਰਿਆ ਸਰ ਤੁਹਾਡਾ ਸਵਾਲੀ ਅੱਗੇ ਵਧਾਰਿਆ ਹਰਨੇਕ ਸਿੰਘ ਜੀ ਜੇ ਸਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜਿੱਦੀ ਨਹੀਂ ਹੈਗੇ ਤੁਹਾਨੂੰ ਹਲਾਲ ਕੀਤਾ ਜਾ ਰਿਹਾ ਇਸ ਕਰਕੇ ਤੁਸੀਂ ਇਹ ਮੰਗਾ ਤੇ ਡਟੇ ਹੋਏ ਹੋ ਸਰ ਜਿਹੜਾ ਪ੍ਰੋਡਿਊਸਰ ਤੇ ਫਰਕ ਪੈ ਰਿਹਾ ਸਰ ਕੰਜ਼ਿਊਮਰ ਤੇ ਜਿਹੜਾ ਫਰਕ ਪੈਣਾ ਹੈ ਸਰ ਉਹਦੇ ਬਾਰੇ ਤੁਸੀਂ ਕਿਉਂ ਨਹੀਂ ਸਮਝਾ ਪਾਰੇ ਸਰ ਬਾਕੀ ਮੁਲਕ ਦੇ ਵਿੱਚ ਸਵਾਲ ਇਹ ਆ ਹਰਨੇਕ ਸਿੰਘ ਜੀ ਜਿਹੜਾ ਕੰਜ਼ਿਊਮਰ ਤੇ ਇਫੈਕਟ ਪੈਣਾ ਸਰ ਉਹਦੇ ਬਾਰੇ ਤੁਸੀਂ ਦੱਸ ਹੀ ਨਹੀਂ ਪਾਰੇ ਨਾ ਤੁਹਾਡਾ ਕੋਈ ਲਿਟਰੇਚਰ ਇਹੋ ਜਿਹਾ ਜਿਹੜਾ ਉੱਥੇ ਤੱਕ ਪਹੁੰਚਿਆ ਹੋਵੇ ਅਸੀਂ ਕੰਜ਼ਿਊਮਰ ਸਰ ਸਾਨੂੰ ਸਵਾਲ ਕਰਕੇ ਪੁੱਛਦਾ ਸਾਡੇ ਤੇ ਕੀ ਇਫੈਕਟ ਪੈਣਾ ਸਾਡਾ ਐਵੇਂ ਵਿੱਚ ਤੁਸੀਂ ਰੋਲਾ ਪਾਈ ਜਾਂਦੇ ਹੋ ਹਰਨੇਕ ਸਿੰਘ ਜੀ ਉਹਨਾਂ ਨੂੰ ਕੀ ਜਵਾਬ ਦਈਏ ਸਰ ਤੁਹਾਡੀ ਗੱਲ ਬਿਲਕੁਲ ਠੀਕ ਏ ਇਹ ਇੱਕ ਫਰੰਟ ਜਿਹੜਾ ਏ ਸਾਡਾ ਖਾਲੀ ਪਿਆ ਹੋਇਆ ਏ ਔਰ ਮੈਂ ਕਹਿੰਦਾ ਕਿ ਬਹੁਤ ਸੋਹਣੀ ਗੱਲ ਏ ਤੁਸੀਂ ਇਹ ਸਵਾਲ ਕੀਤਾ ਨੈਕਸਟ ਮੀਟਿੰਗ ਦੇ ਵਿੱਚ ਅਸੀਂ ਇਹਨੂੰ ਵਿਚਾਰਾਂਗੇ ਔਰ ਆਉਣ ਵਾਲੇ ਇੱਕ ਹਫਤੇ ਦੇ ਵਿੱਚ ਅਸੀਂ ਇਹਨੂੰ ਲੈ ਕੇ ਵੀ ਆਵਾਂਗੇ ਕਿ ਕੰਜ਼ਿਊਮਰ ਦੇ ਉੱਤੇ ਕਿਵੇਂ ਤੇ ਕਿੰਨਾ ਫਰਕ ਪੈ ਰਿਹਾ ਹੈ ਇੱਕ ਗੱਲ ਏ ਪਰ ਦੂਜੀ ਗੱਲ ਇਹ ਆ ਕਿ ਬਿਲਕੁਲ ਐ ਜਿਣੀ ਹੈਗਾ ਕਿ ਬਿਲਕੁਲ ਨਹੀਂ ਅਸੀਂ ਸਮਝਾ ਪਾਏ ਇਹ ਵੀ ਗੱਲ ਨਹੀਂ ਹੈਗੀ ਕਾਫੀ ਵੱਡੀ ਤਦਾਦ ਦੇ ਵਿੱਚ ਲੋਕਾਂ ਨੂੰ ਇਹ ਸਮਝ ਆਈ ਏ ਸਮਝਾਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਕਿ ਕੀ ਫਰਕ ਪਵੇਗਾ ਜਿਹੜਾ ਉਹ ਆਪਣਾ ਕਾਨੂੰਨ ਹੈਗਾ ਜਿਹੜਾ ਤੁਹਾਨੂੰ ਜ਼ਖੀਰਾਬਾਜੀ ਕਰਨ ਦੀ ਇਜਾਜ਼ਤ ਦਿੰਦਾ ਹੈ। ਛਾਣੇ ਲੋਕਾਂ ਨੂੰ ਥੋੜਾ ਬੋਤਾ ਪੜ੍ਹ ਕੇ ਸਮਝ ਗਏ। ਆ ਜਿਹੜਾ ਉਹਨਾਂ ਆਲੂਆਂ ਦਾ ਹਾਲ ਹੋਇਆ ਉਹਦੇ ਵਿੱਚੋਂ ਸਮਝ ਗਏ। ਪਿਛਲੀ ਵਾਰੀ ਗੰਡਿਆਂ ਦਾ ਹਾਲ ਹੋਇਆ ਸੀ ਉਹਦੇ ਵਿੱਚੋਂ ਸਮਝ ਗਏ। ਸਾਡੇ ਬਿਆਨ, ਸਾਡਾ ਪ੍ਰਚਾਰ, ਸਾਡਾ ਜਿਹੜਾ ਸਾਰਾ ਇਹਦੇ ਤੋਂ ਸਮਝ ਗਏ। ਇੱਕ ਸਵਾਲ ਜਿਹੜਾ ਤੁਸੀਂ ਲਿਟਰੇਚਰ ਵਾਲਾ ਕੀਤਾ ਏ, ਤੁਹਾਡੀ ਗੱਲ ਬਿਲਕੁਲ ਠੀਕ ਏ। ਉਹਦੀ ਬਿਲਕੁਲ ਘਾਟ ਏ ਔਰ ਬੜੀ ਵੱਡੀ ਘਾਟ ਏ। ਔਰ ਅਸੀਂ ਆਉਣ ਵਾਲੇ ਇੱਕ ਹਫ਼ਤੇ ਚ ਤੁਹਾਨੂੰ ਵਾਅਦਾ ਕਰਨਿਆ ਕਿ ਕੋਸ਼ਿਸ਼ ਕਰਕੇ ਉਸ ਕਾਟ ਨੂੰ ਅਸੀਂ ਪੂਰੀ ਕਰਾਂਗੇ ਜਿਹੜਾ ਸਰੋਤਾ ਤੁਹਾਨੂੰ ਸਵਾਲ ਕਰਦਾ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਦੇ ਤੱਕ ਪਹੁੰਚ ਕੇ ਉਹਦੇ ਸਵਾਲ ਦਾ ਜਵਾਬ ਦਈਏ ਬਹੁਤ ਧੰਨਵਾਦ ਹਰਦੇਵ ਸਿੰਘ ਜੀ ਤੁਸੀਂ ਸਾਡੇ ਸਵਾਲ ਨੂੰ ਐਵੇਂ ਦੇ ਰਹੇ ਹੋ ਹਰਦੇਵ ਸਿੰਘ ਜੀ ਮੇਰਾ ਸੋ ਇੱਕ ਸਵਾਲ ਹੋਰ ਹੈਗਾ ਹਰਦੇਵ ਸਿੰਘ ਜੀ ਜਿਹੜਾ APMC ਵਾਲਾ ਸਵਾਲ ਕੀਤਾ ਜਾ ਰਿਹਾ ਹੈ ਕਹਿੰਦੇ APMC ਪੰਜਾਬ ਤੇ ਹਰਿਆਣਾ ਵਿੱਚ ਇਹਦਾ ਤੰਤਰ ਬੜਾ ਮਜ਼ਬੂਤ ਹੈ ਸਰਕਾਰ ਵੀ ਇਹ ਸਾਰਾ ਐਡਮਿਟ ਕਰਦੀ ਹੈ ਪਰ ਬਿਹਾਰ ਦੇ ਵਿੱਚ ਜਿੱਥੇ 2006 ਦੇ ਵਿੱਚ ਇਹ ਸਾਰਾ ਸਿਸਟਮ ਆ ਮੁਕਾ ਦਾ ਦਿੱਤਾ ਕਿਹਾ ਸਰਕਾਰ ਇਹ ਕਹਿੰਦੀ ਹੈ ਕੇਰਲਾ ਦਾ ਸਵਾਲ ਕਿਉਂ ਨਹੀਂ ਤੁਸੀਂ ਪੁੱਛਦੇ ਹੋਰ ਸੂਬਿਆਂ ਦਾ ਸਵਾਲ ਤੁਸੀਂ ਕਿਉਂ ਨਹੀਂ ਕਰਦੇਗੇ ਹਰਨੇਕ ਸਿੰਘ ਜੀ ਅਸੀਂ ਤਾਂ ਵੇਖੋ ਇਹ ਕੌਣ ਕਹਿੰਦਾ ਸਵਾਲ ਨਹੀਂ ਕਰਦੇ ਅਸੀਂ ਤਾਂ ਇਹ ਕਿਹਾ ਹੈ ਕਿ ਹਿੰਦੁਸਤਾਨ ਦੇ ਵਿੱਚ 74 ਹਜ਼ਾਰ ਮੰਡੀ ਦੀ ਲੋੜ ਹੈ 74 ਹਜ਼ਾਰ ਤੇ ਮੰਡੀ ਜਿਹੜੀ ਹੁਣ ਮੈਂ ਫਿਗਰ ਤੁਹਾਨੂੰ ਸ਼ਾਇਦ ਦੱਸ ਨਹੀਂ ਪਾਵਾਂਗਾ ਮੇਰੇ ਦਿਮਾਗ 'ਚ ਨਹੀਂ ਆ ਰਹੀ ਕਿ ਜਿੱਥੋਂ ਤੱਕ ਮੇਰਾ ਹੈ ਕਿ 24 ਕੋ ਹਜ਼ਾਰ ਦੇ ਕਰੀਬ ਮੰਡੀ ਏ ਮੈਂ ਪੱਕਾ ਨਹੀਂ ਕਹਿੰਦਾ ਹੋ ਸਕਦਾ ਮੈਂ ਗਲਤ ਹੋਵਾਂ ਤਾਂ ਅਸੀਂ ਤਾਂ ਸਵਾਲ ਚੱਕ ਰਹੇ ਹਾਂ ਕਿ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਆਂਧਰਾ ਦੇ ਵਿੱਚ ਮਹਾਰਾਸ਼ਟਰ ਚ ਕੇਰਲਾ ਦੇ ਵਿੱਚ ਨਾਰੀਅਲ ਨੂੰ ਚੱਕਣ ਵਾਸਤੇ ਮੰਡੀ ਹੋਣੀ ਚਾਹੀਦੀ ਏ ਛੋਟੀ ਇਲਾਚੀ ਵੱਡੀ ਇਲਾਚੀ ਨੂੰ ਚੱਕਣ ਵਾਸਤੇ ਮੰਡੀ ਹੋਣੀ ਚਾਹੀਦੀ ਏ ਕੌਣ ਕਹ ਰਿਹਾ ਕਿ ਅਸੀਂ ਨਹੀਂ ਸਵਾਲ ਚੱਕ ਰਹੇ ਅਸੀਂ ਤਾਂ ਸਿਰਫ ਇਹ ਨਹੀਂ ਕਹਿ ਰਹੇ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ APMC ਜਿਹੜਾ ਸਿਸਟਮ ਹੈਗਾ ਮੰਡੀ ਪੂਰੀ ਤਰ੍ਹਾਂ ਕਾਮਯਾਬੀ ਨਾਲ ਕੰਮ ਕਰ ਰਹੀ ਏ ਤਾਂ ਇੱਥੇ ਰਵੇ ਸਾਡਾ ਇਹ ਪੂਰੀ ਮੰਗ ਏ ਕਿ ਪੰਜਾਬ ਤੋਂ ਬਿਨਾ ਬਿਹਾਰ, ਯੂਪੀ, ਆਂਧਰਾ, ਮਹਾਰਾਸ਼ਟਰ, ਕੇਰਲਾ ਦੇ ਵਿੱਚ ਵੀ ਜਿੱਥੇ ਜਿਹੜੀ ਫਸਲ ਪੈਦਾ ਹੁੰਦੀ ਏ ਉਹਨੂੰ ਚੁੱਕਣ ਦਾ ਪ੍ਰਬੰਧ ਕਰਨਾ ਚਾਹੀਦਾ ਸਾਡੀ ਮੰਗ ਏ ਅਸੀਂ ਤਾਂ ਮੰਗ ਕਰ ਰਹੇ ਆ ਡੱਟ ਕਰਕੇ ਇੱਕ ਇੱਕ ਲਾਈਨ ਦੇ ਵਿੱਚ ਜਵਾਬ ਠੀਕ ਠੀਕ ਹੈ ਸਰਕਾਰ ਨੂੰ ਸਵਾਲ ਕਰ ਰਹੇ ਆ ਇਹ ਸਰਕਾਰ ਜਦੋਂ ਇਹ ਗੱਲ ਕਰਦੀ ਏ ਕਿ ਮੈਂ ਇਹ ਜਿਹੜਾ ਪ੍ਰੋਜੈਕਟ ਸਾਰਾ ਕਾਨੂੰਨਾ ਵਾਲਾ ਕਿਸਾਨਾਂ ਵਾਸਤੇ ਲੈ ਕੇ ਆ ਰਹੇ ਆ ਜਿੱਥੇ APMC ਮੰਡੀ ਚੰਗਾ ਕੰਮ ਕਰ ਨਹੀਂ ਪੰਜਾਬ ਹਰਿਆਣੇ ਚ ਸਾਡੀਆਂ ਵੇਖੋ ਕਿੰਨੀਆਂ ਲੋੜਾਂ ਨੇ ਸਾਡਾ ਅਜੇ ਜਿਹੜੀ ਫਸਲ ਓ ਬਾਬੇ ਆਦਮ ਦੇ ਟਾਈਮ ਦੇ ਕੰਡਿਆਂ ਦੇ ਨਾਲ ਤੋਲੀ ਜਾਂਦੀ ਏ ਹੂੰ ਜੀ ਠੀਕ ਹੈ ਸਰ ਮੈਂ ਵਾਪਸ ਆਉਂਗਾ ਦੱਟਗਰ ਕੰਪਿਊਟਰ ਕਿੰਨੇ ਦਿਨਾਂ ਤੱਕ ਤੁਲਨੀ ਚਾਹੀਦੀ ਹੈ ਠੀਕ ਹੈ ਮੈਂ ਹਰਨੇਸ ਨੂੰ ਵਾਪਸ ਆਉਂਗਾ ਡੱਟਗਰ ਸਰ ਇੱਕ ਇੱਕ ਲਾਈਨ ਦੇ ਵਿੱਚ ਜਵਾਬ ਚਾਹੀਦਾ ਸਰ ਸਰ ਜਿਹੜੇ ਬਾਕੀ ਸੂਬੇ ਆ ਮੈਂ ਬਾਕੀ ਸੂਬਿਆਂ ਦਾ ਜ਼ਿਕਰ ਵਾਰ-ਵਾਰ ਇਸ ਲਈ ਕਰ ਰਿਹਾ ਡੱਟਗਰ ਕਿਉਂਕਿ ਇਸ ਨੂੰ ਪੰਜਾਬ ਹਰਿਆਣਾ ਤਾਂ ਫੋਕਸ ਕਰਕੇ ਦੇਖਿਆ ਜਾ ਰਿਹਾ ਡੱਟਗਰ ਜਿਹੜੇ ਬਾਕੀ ਸੂਬੇ ਆ ਉੱਥੇ ਸਿਰਫ ਐਮਐਸਪੀ ਦਾ ਸਵਾਲ ਹੀ ਖੜਾ ਕੀਤਾ ਜਾ ਰਿਹਾ ਉੱਥੇ ਪ੍ਰੋਡਿਊਸਰ ਕੰਜ਼ਿਊਮਰ ਵਾਲਾ ਜਾਂ ਟ੍ਰੇਡ ਐਂਡ ਕਮਰਸ ਵਾਲਾ ਸਵਾਲ ਆ ਜਿਹੜਾ ਉਸ ਉਸ ਨੂੰ ਮੰਨਫੀ ਕੀਤਾ ਜਾ ਰਿਹਾ ਡੱਟਗਰ ਦੇਖੋ ਗੱਲ ਇਹ ਹੈ ਕਿ ਪੀਜੀ ਜਿਹੜੀ ਗੱਲ ਜਿੱਥੇ ਖੜੀ ਆ ਉਸ ਤੋਂ ਅੱਗੇ ਤੁਰਨੀ ਹੁੰਦੀ ਪੰਜਾਬ ਦੇ ਵਿੱਚ ਕਣਕ ਝੋਨਾ ਜਾਦੇ ਹੁੰਦਾ ਹੈ ਉਹਦੀ ਐਮਐਸਪੀ ਹੈਗੀ ਹੈ ਪਰ ਗੰਨੇ ਦੇ ਬਾਰੇ ਕਪਾਹ ਦੇ ਬਾਰੇ ਮੱਕੀ ਦੇ ਬਾਰੇ ਇਹ ਤਿੰਨ ਫਸਲਾਂ ਹੋਰ ਪੰਜਾਬ ਚ ਬੜੀਆਂ ਇੰਪੋਰਟੈਂਟ ਫਸਲਾਂ ਨੇ ਖਾਸ ਕਰਕੇ ਇਹ ਰੋਪਣ ਦੇ ਵਿੱਚ ਹੁਸ਼ਿਆਰਪੁਰ ਚ ਮੱਕੀ ਆਲੂ ਹੀ ਹੁੰਦੇ ਨੇ ਜ਼ਿਆਦਾ ਤੇ ਗੰਨਾ ਜਿਹੜਾ ਉਹ ਮਿਲਾਂ ਦਾ ਆਪਾਂ ਨੂੰ ਪਤਾ ਕਿੰਨੇ ਸੈਂਕੜੇ ਕਰੋੜਾ ਰੁਪਇਆ ਬਕਾਇਆ ਪਿਆ ਹੈ ਔਰ ਉਹ ਬੌਂਡ ਹੋ ਕੇ ਕੀ ਹੈ ਹਾਲਾਂਕਿ ਗੰਨਾ ਬਾਉਂਡ ਹੋਇਆ ਹੁੰਦਾ ਏ ਠੇਕਾ ਖੇਤੀ ਹਿਆ ਸੋ ਠੇਕਾ ਖੇਤੀ ਦਾ ਵੀ ਤਜਰਬਾ ਪੰਜਾਬ ਨੇ ਕਰ ਦਿਆ ਸੀ ਸੋ ਪੰਜਾਬ ਡੈਫੀਨਿਟਲੀ ਉਹਨਾਂ ਤੋਂ ਅੱਗੇ ਐਸੀ ਕਰਕੇ ਤਾਂ ਪੰਜਾਬ ਨੇ ਲੀਡ ਕਰਿਆ ਤੇ ਪਰ ਉਹ ਨਾਲ ਆਏ ਨੇ ਉਹ ਕਹਿੰਦੇ ਨੇ ਉਹ ਐਮਐਸਪੀ ਦਾ ਵੀ ਸਵਾਦਾ ਉਹ ਕਾਨੂੰਨਾਂ ਦੇ ਉੱਤੇ ਹੀ ਨਹੀਂ ਕਹਿੰਦੇ ਵੀ ਕਾਨੂੰਨ ਲਾਗੂ ਹੋ ਜਾਣਾ ਇਹ ਬਿਲਕੁਲ ਨਹੀਂ ਕਹਿ ਰਹੇ ਉਹ ਗੱਲ ਵੱਖਰੀ ਹੈ ਵੀ ਉਹ ਪ੍ਰਚਾਰ ਕਿਸ ਲੈਵਲ ਤੱਕ ਇਹ ਮਸਲਾ ਮਸਲਾ ਪ੍ਰਚਾਰ ਦੇ ਨਹੀਂ ਪਹਿਲਾਂ ਨਹੀਂ ਜੱਟ ਵੀ ਹਾਂਜੀ 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 ਬੋਲੋ ਬੋਲੋ ਕੰਪਲੀਟ ਹਾਂ ਪੰਜਾਬ ਦੇ ਪਿੰਡ ਪਿੰਡ 2 ਮਹੀਨੇ ਤੱਕ ਲਗਾਤਾਰ ਧਰਨੇ ਮੁਜਾਰੇ ਟਾਵਰ ਪਲਾਜ਼ੇ ਪਿੰਨਾ ਚ ਔਰਤਾਂ ਉਹ ਕਿਹੜੇ ਦੰਨੀਆਂ ਸੀ ਸਮਾਨ ਘਟਾ ਸੋ ਉਹਦੀ ਅਵੇਅਰਨੈਸ ਦਾ ਫਰਕ ਤਾਂ ਹਮੇਸ਼ਾ ਹੀ ਹੁੰਦਾ ਕਿਹੜਾ ਕਿੱਥੇ ਗਿਆ ਪਰ ਇੱਕ ਗੱਲ ਪੱਕੀ ਹੈ ਵੀ ਜੇ ਹੁਣ ਉਹ ਅਵੇਅਰਨੈਸ ਪੂਰੇ ਮੁਲਕ ਚ ਫੈਲ ਰਹੀ ਹੈ ਪੂਰੇ ਮੁਲਕ ਦਾ ਕਿਸਾਨ ਆ ਰਿਹਾ ਹੈ ਇਹ ਠੀਕ ਹੈ ਕਿਸਾਨ ਜਿੱਥੇ ਬੰਦੀਆਂ ਨੇ ਐਸੈਂਸ਼ੀਅਲ ਕਾਮੋਡਿਟੀ ਐਕਟ ਮੈਂ ਦੋ ਲਾਈਨਾਂ ਦੇ ਜਵਾਬ ਹੋਰ ਦਊਂਗਾ ਜਿਹੜਾ ਜ਼ਰੂਰੀ ਲੱਗਦਾ ਮੈਨੂੰ ਇੱਕ ਤਾਂ ਐਸੈਂਸ਼ੀਅਲ ਕਾਮੋਡਿਟੀ ਐਕਟ ਨੂੰ ਕਿਸਾਨ ਜਥੇਬੰਦੀਆਂ ਨੇ ਬਲਕਿ ਇੰਟੈਲੈਕਚੁਅਲ ਨੇ ਫੋਕਸ ਹੀ ਨਹੀਂ ਕਰਿਆ ਸੀ ਇੱਕ ਅਰਚਾ ਜਨ ਕਰੀ ਚਲੋ ਉਹ ਤਾਂ ਕੋਈ ਖਾਸ ਗੱਲ ਨਹੀਂ ਇਹਨਾਂ ਨੇ ਫੋਕਸ ਕਰਿਆ ਵੀ ਇਹਦੇ ਨਾਲ ਹੀ ਤਾਂ ਸਾਰਾ ਗੜਬੜ ਹੋਏਗੀ ਜ਼ਰੂਰੀ ਵਸਤਾਂ ਦਾ ਕਾਨੂੰਨ ਹੈ ਜਿਹੜਾ ਉਹਦੇ ਨਾਲ ਝਕੀਰੇਵਾਜੀ ਕਰਕੇ ਮੁੜ ਕੇ ਸਾਨੂੰ ਹੀ ਮਹਿੰਗਾ ਵੇਚਗਾ ਆ ਸਾਈਲੋ ਜਿਹੜੇ ਬਣ ਰਹੇ ਨੇ ਇਹ ਸੇ ਵਸਤੀ ਬਣ ਰਹੇ ਨੇ ਆ ਮੋਗੇ ਦੇ ਵਿੱਚ ਫਰੋਜ ਪਰ ਜਾਨੀ ਕਿ ਉੱਧਰ ਨਸ਼ਰਮਜਾ ਜਾ ਇੱਥੇ ਹਰਿਆਣੇ ਦੇ ਵਿੱਚ ਇੱਕ ਤਾਂ ਇਹ ਹੈ ਉਹ ਉਹ ਸਾਇਲੋ ਨੂੰ ਕਿਉਂ ਘਰੇ ਅਦਾਨੀ ਦੇ ਸਾਇਲੋ ਨੂੰ ਜਿਹੜਾ ਬੰਨਸ ਦੀ ਨਸ਼ਰਮਜਾ ਸਿੰਘ ਘਰੇ ਹੈ ਨਾ ਉਹ ਐਸੀ ਮਾੜੀ ਮੁੱਠੀ ਹੈ ਠੀਕ ਹੈ ਉਨੀ ਕਿ ਇਤਨਾ ਇਸ ਤੇ ਨਹੀਂ ਆਈ ਹੋਈ ਦੂਜੀ ਗੱਲ ਮੈਂ ਇੱਕ ਹੋਰ ਕਹਾਂਗਾ ਜਿਹੜਾ ਖੋਖਾ ਕਹਿੰਦੇ ਨੇ ਕਾਨੂੰਨਾਂ ਦਾ ਕਿਸਾਨ ਇੰਨੇ ਸਪਸ਼ਟ ਨੇ ਦਿੱਤੇ ਬੰਦੀਆਂ ਇਸ ਦੇ ਉੱਤੇ ਤਾਂ ਕਿ ਜੀ ਖੋਖਾ ਰਹਿ ਗਿਆ ਪਰ ਇਹਦਾ ਮਤਲਬ ਪਾਵਰ ਤਾਂ ਸੈਂਟਰ ਕੋ ਰਹੇਗੀ ਨਾ ਪਾਵਰ ਕਨਸਟੀਟਿਊਸ਼ਨ ਦੇ ਜਿਹੜਾ ਐਗਰੀਕਲਚਰ ਹੈ ਲੈਂਡ ਹੈ ਨਾ ਐਗਰੀਕਲਚਰ ਮਾਰਕੀਟਿੰਗ ਫੇਰ ਇਹ ਭਾਵ ਨਹੀਂ ਜਦ ਸੂਬੇ ਦੀ ਹੈ ਕਿ ਅਸੀਂ ਰੋਜ ਸੈਂਟਰ ਕੋਲ ਇੱਡੇ ਧਰਨੇ ਕਿੱਥੋਂ ਮਾਰਾਂਗੇ ਆ ਕੇ ਸੋ ਇਹ ਨੂੰ ਤੁਸੀਂ ਕਾਨੂੰਨ ਨੂੰ ਰੱਦ ਕਰੋ ਠੀਕ ਹੈ ਸਰ ਸਿਕਟਾ ਨੂੰ ਬਣਾਉਣ ਦੋ ਤੁਸੀਂ ਬੜਾ 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 ਵਧੀਆ ਬੜਾ ਵਧੀਆ ਫੋਕਸ ਕੀਤਾ ਫੈਡਰਲ ਸਟਰਕਚਰ ਤੇ ਵੀ ਖਤਰਾ ਹੈਗਾ ਤੇ ਕਿਸਾਨ ਜਿੱਥੇ ਬੰਦੇ ਨੇ ਉਹਨੂੰ ਫੋਕਸ ਕਰ ਦਿੱਤਾ ਇੱਕ ਛੋਟਾ ਬ੍ਰੇਕ ਲਵਾਂਗਾ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇੱਕ ਆਖਰੀ ਸਵਾਲ ਅਸੀਂ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਏਜੰਡਾ ਜਿਹੜਾ ਕੌਣ ਤੈਅ ਕਰਦਾ ਪਿਆ ਇਸ ਏਜੰਡੇ ਦੇ ਵਿਚਾਲੇ ਅੰਦੋਲਨ ਨੂੰ ਇੱਕ ਸਿਆਸੀ ਪੁੱਟ ਚਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਿਆਸਤਦਾਨਾਂ ਦਾ ਚਲਾਇਆ ਹੋ ਜਦੋਂ ਹੋ ਪੰਜਾਬ ਦੇ ਕਿਸਾਨਾਂ ਨਾਲ ਸੰਬੋਧਨ ਹੁੰਦੇ ਆ ਜਾਂ ਅੰਦੋਲਨ ਦੇ ਜਥੇਬੰਦੀਆਂ ਨਾਲ ਸੰਬੋਧਨ ਹੁੰਦੇ ਆ ਉਦੋਂ ਇਹ ਸਵਾਲ ਨਹੀਂ ਕੀਤਾ ਜਾਂਦਾ ਜਦੋਂ ਹੋਰ ਸੂਬਿਆਂ ਦੇ ਵਿੱਚ ਸੰਬੋਧਨ ਹੁੰਦੇ ਆ ਉਦੋਂ ਇਹ ਸਵਾਲ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਵਾਪਸ ਆ ਕੇ ਪੁੱਛੂਗਾ ਜਰੂਰੀ ਅਸੀਂ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ ਵੱਡਾ ਸਵਾਲ ਅਸੀਂ ਇਹ ਪੁੱਛਿਆ ਦਿੱਲੀ ਸਰਾਹਤੇ ਤੇ 33 ਅੰਦੋਲਨ ਮਗਰੋਂ ਕਿਸਾਨ ਅਤੇ ਕੇਂਦਰ ਸਰਕਾਰ ਕਿੱਥੇ ਖੜੇ ਕੱਲਾ ਕੱਲਾ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਖਾਲਿਦ ਤੁਸੀਂ ਸਰ ਸ਼ੁਰੂ ਵਿੱਚ ਇੱਕ ਸਵਾਲ ਕੀਤਾ ਸੀ ਮੈਂ ਤੁਹਾਡੇ ਸਵਾਲ ਨੂੰ ਹੀ ਤੁਹਾਡੇ ਕੋਲੇ ਪੇਸ਼ ਕਰ ਰਿਹਾ ਹਾਂ ਖਾਲਿਦ ਸਾਹਿਬ ਤੁਸੀਂ ਕਿਹਾ ਸੀ ਇਸ ਅੰਦੋਲਨ ਨੂੰ ਵ ਅੰਦੋਲਨਕਾਰੀਆਂ ਨੂੰ ਜਾਂ ਅੰਦੋਲਨ ਚਲਾ ਰਿਹਾ ਜਥੇਬੰਦੀਆਂ ਨੂੰ ਉਸ ਤਰੀਕੇ ਨਾਲ ਨਹੀਂ ਐਡਰੈਸ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਕਰਨਾ ਬੰਦ ਹੈ ਉਹ ਸਭ ਦੇ ਬਾਵਜੂਦ ਤੁਸੀਂ ਕਿਤੇ ਜਦੋਂ ਮਨ ਕੀ ਬਾਤ ਕਰਦੇ ਹੋ ਜਾਂ ਕਿਤੇ ਤੁਸੀਂ ਰੇਲ ਚਲੋਣੇ ਹੋ ਜਾਂ ਕਿਤੇ ਹੋਰ ਜਗਤ ਨੂੰ ਸੰਬੋਧਨ ਕਰਦੇ ਹੋ ਕਿ ਤੁਸੀਂ ਕਿਸਾਨ ਨੀਤੀ ਯੋਜਨਾ ਦਾ ਐਲਾਨ ਕਰਦੇ ਹੋ ਉਦੋਂ ਸਰ ਫਿਰ ਇਹ ਕਿਹਾ ਜਾਂਦਾ ਹੈ ਕੁਝ ਲੋਕਾਂ ਦਾ ਚਲਾਇਆ ਹੋਇਆ ਅੰਦੋਲਨ ਹੈ ਇਹਦੇ ਪਿੱਛੇ ਵਿਰੋਧੀ ਪਾਰਟੀਆਂ ਹੈ ਵਿਰੋਧੀਆਂ ਦੀ ਸਾਜ਼ਿਸ਼ ਹੈ ਮੁਹੰਮਦ ਖਾਲੀ ਸਾਹਿਬ ਉਹਨਾਂ ਲੋਕਾਂ ਨੂੰ ਕਿਵੇਂ ਸਮਝਾਓਗੇ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਣਾ ਜੀ ਕਿ ਮਨ ਕੀ ਬਾਤ ਹੈ ਨਾ ਮਨ ਕੀ ਬਾਤ ਮੋਨੋਲੋਗ ਹੈ ਡਾਇਲੋਗ ਨਹੀਂ ਹੈ ਔਰ ਡੈਮੋਕਰੇਸੀ ਦੇ ਵਿੱਚ ਡਾਇਲੋਗ ਹੁੰਦਾ ਹੈ ਮੋਨੋਲੋਗ ਨਹੀਂ ਹੁੰਦਾ ਸਰ ਫਿਰ ਇੱਕ ਇੱਕ ਸਵਾਲ ਹੋਰ ਵੀ ਲੈ ਲਓ ਖਾਲੀ ਸਾਹਿਬ ਖਾਲੀ ਸਾਹਿਬ ਤੁਸੀਂ ਮਨ ਕੀ ਬਾਤ ਦਾ ਸਵਾਲ ਖੜਾ ਕਰ ਲਿਆ ਜਿਹੜੀ ਚਿੱਠੀ ਲਿਖੀ ਸਰ ਉਹਦੇ ਵਿੱਚ ਵੀ ਲਿਖਿਆ ਹੈ ਕਿਸਾਨ ਸੰਗਠਨ ਖੁੱਲੇ ਮਨ ਸੇ ਵਾਰਤਾ ਕਰਨੇ ਲਈ ਹਮੇਸ਼ਾ ਤਿਆਰ ਰਹੇ ਹਨ ਔਰ ਰਹੇਗੇ ਇਹ ਚਿੱਠੀ ਹੈ ਸਰ ਇਹਦੇ ਵਿੱਚ ਹੀ ਮਨ ਦੀ ਗੱਲ ਹੈ ਸਰ ਤੇ ਮੈਂ ਉਹੀ ਕਹਿ ਰਿਹਾ ਨਾ ਕਿ ਦੇਖੋ ਦੋ ਚੀਜ਼ਾਂ ਦੇਖੋ ਦੋ ਚੀਜ਼ਾਂ ਆ ਗਿਆ ਕੇ ਪੀਜੀ ਬੜੀਆਂ ਇੰਪੋਰਟੈਂਟ ਇੱਕ ਤਾਂ ਚੀਜ਼ ਇਹ ਹੈ ਕਿ ਡਾਇਲੌਗ ਜਿਹੜਾ ਹੈਗਾ ਇੰਪੋਰਟੈਂਟ ਹੈ ਡੈਮੋਕ੍ਰੇਸੀ ਚ ਮੋਨੋਲੌਗ ਨਹੀਂ ਚੱਲਣਾ ਚਾਹੀਦਾ ਨਾ ਹੋਣਾ ਚਾਹੀਦਾ ਨਾ ਲੋਕਾਂ ਨੂੰ ਐਕਸੈਪਟ ਕਰਨਾ ਚਾਹੀਦਾ ਦੂਸਰੀ ਚੀਜ਼ ਜਿਹੜੀ ਹੈ ਜਿਹੜੀ ਗੱਗ ਸਾਹਿਬ ਨੇ ਗੱਲ ਕੀਤੀ ਹੈ ਤੁਹਾਨੂੰ ਪਤਾ ਹੈ ਜੀਐਸਟੀ ਵੀ ਇਸੇ ਤਰੀਕੇ ਦੇ ਨਾਲ ਕੀਤਾ ਤਾਂ ਕਿ ਸਾਰਿਆਂ ਦਾ ਜੇ ਤਾਂ ਇਕੱਠਾ opinion ਹੈ ਸਾਰੇ ਸਟੇਟਾਂ ਦਾ ਜੀਐਸਟੀ ਦੇ ਬਾਰੇ ਕੀ ਹੋਇਆ ਸਾਰੇ ਸਟੇਟ ਜਿਹੜਾ ਹੈਗੇ ਆ ਇਹਨੇ ਬੁਰੀ ਤਰ੍ਹਾਂ ਸੈਂਟਰ ਦੇ ਉੱਪਰ ਡਿਪੈਂਡੈਂਟ ਹੋ ਗਏ ਆ ਕਿ ਮਿਊਨਿਸਪੈਲਟੀਆਂ ਨਾਲੋਂ ਘੱਟ ਪਾਵਰਾਂ ਰਹਿ ਗਈਆਂ ਸਟੇਟ ਗਵਰਨਮੈਂਟਾਂ ਕੋਲ ਜਿੱਥੇ ਤੱਕ ਫਾਈਨੈਂਸ਼ੀਅਲ ਸਵਾਲ ਹੈ ਹੁਣ ਅਗਰ ਇਹ ਕਾਨੂੰਨ ਲਾਗੂ ਹੁੰਦੇ ਆ ਤਾਂ ਜਿੰਨਾ ਟੋਟਲ ਕਿਸਾਨ ਹੈ ਜਾਂ ਉਹ ਕਿਸਾਨ ਜਿਹੜਾ ਕਿ ਇੱਕ ਪ੍ਰੋਡਕਟਿਵ ਸੋਚ ਰੱਖਦਾ ਸਾਰੀਆਂ ਜਿਤੇਵੰਦੀਆਂ एवरीथिंग विल बी ਇਨ ਦਾ ਕੰਟਰੋਲ ਆਫ ਦਾ ਸੈਂਟਰ ਕਿਉਂਕਿ ਆਲਟੀਮੇਟਲੀ ਹੋਣਾ ਹੋਈ ਹੈ ਜੋ ਹਿਡਨ ਅਜੰਡਾ ਹੈਗਾ ਹੀ ਜਨ ਹਿਡਨ ਅਜੰਡਾ ਜਿਹੜਾ ਹੈਗਾ ਉਹ ਹੀ ਹੈ ਕਿ ਜਿੰਨੇ ਵੀ ਪ੍ਰੋਡਿਊਸ ਹੈ ਉਹ ਸਾਰੀ ਕਿਸਾਨ ਦੇ ਹੱਥਾਂ ਚੋਂ ਨਿਕਲ ਕੇ ਕਾਰਪੋਰੇਟ ਕੋਲ ਚਲੀ ਜਾਵੇ ਮੈਂ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਇਹ ਜਿਹੜੀ ਮੰਡੀ ਹੈ ਮੰਡੀ ਤੋਂ ਬਾਹਰ ਕਾਰਪੋਰੇਟ ਖਰੀਦੇਗਾ ਤੁਸੀਂ ਕਾਰਪੋਰੇਟ ਨੂੰ ਮੰਡੀ ਚ ਲੈ ਆਓ ਉਹ ਇੱਥੇ ਆ ਕੇ ਲੈ ਲਵੇ ਤੁਸੀਂ ਬਾਹਰ ਕਿਉਂ ਉਹਨਾਂ ਨੂੰ ਲੈ ਜਾਣਾ ਚਾਹੁੰਦੇ ਹੋ ਕਿਉਂ ਮੰਡੀ ਖਾਲੀ ਸਾਹਿਬ ਖਾਲੀ ਸਾਹਿਬ ਮੇਰਾ ਸਵਾਲ ਹੋਰ ਸੀ ਖਾਲੀ ਸਾਹਿਬ ਮੇਰਾ ਸਵਾਲ ਸਿਆਸੀ ਮੰਡੀ ਦਾ ਸੀ ਸਰ ਜਦੋਂ ਭਾ ਜੀ ਪੀ ਇਹ ਗੱਲ ਕਹਿੰਦੀ ਹੈ ਕਿ ਵਿਰੋਧੀ ਕਮਜ਼ੋਰ ਆ ਵਿਰੋਧੀਆਂ ਕੋਲੇ ਕੋਈ ਪੱਲੇ ਨਹੀਂ ਹੈਗਾ ਜੋ ਦੂਜੇ ਪਾਸੇ ਇਹ ਕਹਿੰਦੀਆਂ ਅੰਦੋਲਨ ਵਿਰੋਧੀ ਚਲਾ ਰਿਹਾ ਸਰ ਮੇਰਾ ਸਵਾਲ ਉਹ ਉਸ ਮਨੋਦਸ਼ਾ ਤੇ ਹੈ ਸਰ ਦੇਖੋ ਗੱਲ ਇਹ ਹੈ ਕਿ ਜਿਸ ਵੇਲੇ ਕੋਈ ਵੀ ਅੰਦੋਲਨ ਚੱਲਦਾ ਹੈ ਕਿਸੇ ਵੀ ਇਸ਼ੂ ਦੇ ਉੱਪਰ ਉਹਦੇ ਤੋਂ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਫਾਇਦਾ ਲਾਉਣ ਦੀ ਕੋਸ਼ਿਸ਼ ਕਰਦੀਆਂ ਤੁਹਾਨੂੰ ਅੰਨਾ ਹਜ਼ਾਰੇ ਦਾ ਅੰਦੋਲਨ ਪਤਾ ਹੈ ਅੰਨਾ ਹਜ਼ਾਰੇ ਦਾ ਅੰਦੋਲਨ ਯੂਪੀ ਦੀ ਗਵਰਨਮੈਂਟ ਦੇ ਵਿੱਚ ਉਹਦੇ ਵਿੱਚ ਜਿੰਨੀ ਮਟੀਰ ਕੱਟੀ ਹੋਈ ਸੀਗੀ ਉਹ ਸਾਰੀ ਆਪੋਜੀਸ਼ਨ ਪਾਰਟੀਆਂ ਦੀ ਤੇ ਸੀਗੀ ਤੇ ਅੱਜ ਅਗਰ ਆਪੋਜੀਸ਼ਨ ਪਾਰਟੀਆਂ ਮੋਰਲ ਸਪੋਰਟ ਦੇ ਦੇਣੀਆਂ ਉਹ ਦੇਣ ਗਿਆ ਕਿਉਂ ਨਹੀਂ ਦੇਣ ਗਿਆ ਠੀਕ ਹੈ ਪਰ ਤੁਸੀਂ ਇਹ ਮੰਨਦੇ ਹੋ ਕਿ ਸਿਆਸੀ ਪਾਰਟੀਆਂ ਹਾਸ਼ੀਏ ਤੇ ਇਸ ਵਕਤ ਬਿਲਕੁਲ ਸਿਆਸੀ ਪਾਰਟੀਆਂ ਜਿਹੜੀਆਂ ਹੈਗੀਆਂ ਅਗਰ ਉਹ ਕਲੈਕਟਿਵਲੀ ਇਕੱਠੀਆਂ ਹੋ ਕੇ ਅਪੋਜ਼ ਕਰਦੀਆਂ ਤਾਂ ਆਰਟੀਕਲ 370 ਜਾਂ ਹੋਰ ਜਿੰਨੇ ਵੀ ਇਸ਼ੂਜ਼ ਇਸ ਤਰ੍ਹਾਂ ਦੇ ਇਸ਼ੂ ਜਾ ਜਾਂ ਕਿਸਾਨੀ ਅੰਦੋਲਨ ਇਹ ਜਿਹੜਾ ਇਸ਼ੂ ਜਿਹੜਾ ਤਿੰਨ ਆਇਆ ਇਹ ਨਹੀਂ ਉੱਥੇ ਪਾਸ ਹੋਣੇ ਸਕੇ ਠੀਕ ਠੀਕ ਹੈ ਡਟ ਕਰਕੇ ਕਾ ਆਖਰੀ ਸਵਾਲ ਡਟ ਅਗਰ ਬਹੁਤ ਸੰਖੇਪ ਵਿੱਚ ਜਵਾਬ ਚਾਹੀਦਾ ਇਸ ਕਿਸਾਨ ਅੰਦੋਲਨ ਨੇ ਸਿਆਸੀ ਪਾਰਟੀਆਂ ਦਾ ਉਹ ਏਜੰਡਾ ਬੇਪਰਦਾ ਕਰ ਦਿੱਤਾ ਜਿਸ ਵੇ ਸਿਆਸੀ ਪਾਰਟੀਆਂ ਨੂੰ ਇਹ ਲੱਗਦਾ ਸੀ ਕਿਸਾਨਾਂ ਨੂੰ ਇਹ ਮੁੱਦਾ ਸਮਝ ਨਹੀਂ ਆਣਾਗਾ ਬਿੱਲ ਪਾਸ ਹੋ ਜਾਣਗੇ ਆਪੇ ਥੋੜਾ ਬੋ ਰੋਲਾ ਪੋ ਕੇ ਚੁੱਪ ਕਰ ਜਾਣਗੇ ਬਿਲਕੁਲ ਬਿਲਕੁਲ ਤੁਹਾਡੀ ਇਹ ਸਹੀ ਹੈ ਕਿ ਇਹ ਬੇਪਰਦਾ ਹੋ ਗਈਆਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਵੀ ਤੇ ਰਾਜ ਕਰਦੀਆਂ ਪਾਰਟੀਆਂ ਵੀ ਚਾਹੇ ਸੂਬੇ ਵਿੱਚ ਨੇ ਚਾਹੇ ਕੇਂਦਰ ਚ ਨੇ ਦੂਜੀ ਗੱਲ ਦੀ ਇੱਕ ਹੋਰ ਐਕਸਪੋਜ਼ ਹੋ ਗਈ ਹੈ ਇਹ ਵਿਰੋਧੀ ਪਾਰਟੀਆਂ ਜਿਹੜੀਆਂ ਹੁਣ ਜਿੱਥੇ ਵੀ ਕੋਈ ਇਹ ਤਾਂ ਐਡੀ ਵੱਡੀ ਐਜੀਟੇਸ਼ਨ ਹੈ ਤਾਂ ਛੋਟੀ ਜੀ ਐਜੀਟੇਸ਼ਨ ਵੀ ਇਹਨਾਂ ਦੇ ਲੀਡਰ ਜਾ ਕੇ ਕਿਉਂਕਿ ਇਹਨਾਂ ਦਾ ਹਬਦਾ ਤਾਂ ਕੋਈ ਧਾਰਮ ਉਹ ਤਾਂ ਐਡਾ ਵੱਡਾ ਰਿਹਾ ਨਹੀਂ ਤੇ ਇਹ ਤਾਂ ਉਹ ਵੀ ਪਰਿਵਾਰੀ ਦਰਬਾਰੀ ਤੇ ਆਪਾਂ ਕਹਿ ਲਈਏ ਬਈ ਵਪਾਰੀ ਬਣ ਗੀਆਂ ਜਦੇ ਆਪ ਖੁਦ ਵਪਾਰੀ ਨੇ ਚਾਹੇ ਉਹ ਸਕਾਲਰਸ਼ਿਪ ਹੈ ਦਫਤਾਂ ਦਾ ਚਾਹੇ ਕੋਈ ਵੀ ਇਸ਼ੂ ਨੇ ਇੱਥੇ ਤੇ ਉਹ ਜਿਹੜਾ ਹੈਗਾ ਉਹ ਇਹ ਆ ਆਪ ਹੀ ਇਹਨਾਂ ਦੀ ਆਪਦੀ ਇੰਸਟੀਚਿਊਸ਼ਨਾਂ ਨੇ ਪ੍ਰਾਈਵੇਟ ਚ ਹਿੱਸੇਦਾਰ ਨੇ ਜੀਵਨ ਜ਼ਮੀਨ ਲੈਣ ਚ ਵੀ ਇਵਨ ਕਈ ਜਿਹੜੀਆਂ ਚੀਜ਼ਾਂ ਖਰੀਦਦੇ ਨੇ ਸਰਕਾਰੀ ਇੱਕ ਗੱਲ ਮੈਂ ਹੋਰ ਕਹਾਂਗਾ ਜਿਹੜੀ ਇਸ ਅੰਦੋਲਨ ਦੇ ਵਿੱਚ ਫੋਕਸ ਕਰਕੇ ਦੇਖਣ ਦੀ ਲੋੜ ਹੈ ਉਹ ਇਹ ਹੈ ਕਿ ਪਹਿਨਾ ਜਿਹੜਾ ਕਾਰਖਾਨੇਦਾਰ ਹੁੰਦਾ ਸੀ ਉਹ ਓਨੀਕ ਜ਼ਮੀਨ ਖਰੀਦਦਾ ਸੀ ਜਿਹਦੇ ਵਿੱਚੋਂ ਕਾਰਖਾਨਾ ਲਾਉਂਦਾ ਸੀ ਕੱਚਾ ਮਾਲ ਉਹ ਕੱਚੇ ਮਾਲ ਵਾਲੇ ਤੋਂ ਲੈਂਦਾ ਸੀ ਪੱਕਾ ਮਾਰੋ ਬਣਾਉਂਦਾ ਸੀ ਕੁਝ ਉਹ ਦੁਕਾਨਾਂ ਨੂੰ ਜਾਂ ਏਜੰਸੀਆਂ ਨੂੰ ਦਿੰਦਾ ਸੀ ਤੇ ਲੋਕਾਂ ਨੂੰ ਰੋਜ਼ਗਾਰ ਅਰਜੰਦਾ ਸੀ ਹੁਣ ਜਿਹੜਾ ਆ ਗਿਆ ਕਾਰਪੋਰੇਟ ਦਾ ਵਿਕਾਸ ਦਾ ਮਾਡਲ ਜਿਹੜਾ ਸਾਰੀ ਦੁਨੀਆ 'ਚ ਫੇਲ ਹੋਇਆ ਹੋਇਆ ਮਾਡਲ ਮੈਂ ਕਹਿੰਦਾ ਸੀ ਇਹਦੇ ਵਿੱਚ ਕਾਰਪੋਰੇਟ ਕੀ ਕਰ ਰਿਹਾ ਉਹ ਕਹਿੰਦਾ ਆ ਵੀ ਸਾਰੀ ਜਿਹੜੇ ਐਸੈਟਸ ਨੇ ਮੈਂ ਆਪਣੇ ਕਬਜ਼ੇ 'ਚ ਕਰਨੇ ਨੇ ਜਿੰਦੇ ਸਰਕਾਰ ਦੇ ਕਬਜ਼ੇ 'ਚ ਸੀ ਉਹ ਤਾਂ ਪਹਿਲਾਂ ਹੀ ਲੈ ਲਿਆ ਕੰਨਾਂ ਲੈ ਲੀਆਂ ਸਮੁੰਦਰ ਲੈ ਲਿਆ ਇਹ ਬੰਦਰਗਾਹਾਂ ਲੈ ਲਈਆਂ ਰੇਲਵੇ ਸਟੇਸ਼ਨ ਲੈ ਲਈ ਹਵਾਈ ਐਡੇ ਲੈ ਲਏ ਤੇ ਅੰਤਰਿਕਸ਼ ਦਾ 2G 4G ਸਪੈਕਟਰ ਨਾਲ ਅੰਤਰਿਕਸ਼ ਹੈ ਪਹਾੜ ਲੈ ਲਏ ਸਾਰਾ ਕੁਝ ਇਹਨਾਂ ਨੇ ਜਿਹੜਾ ਸਰਕਾਰੀ ਜ਼ਮੀਨਾਂ ਸੀ ਉਹ ਵੀ ਲੈ ਲਈਆਂ ਹਸਪਤਾਲ ਲੈ ਲਏ ਸਕੂਲ ਲੈ ਹੁਣ ਰਹਿ ਗਈ ਸੀ ਦੋ ਚੀਜ਼ਾਂ ਉਹ ਚੀਜ਼ਾਂ ਦੋ ਰਹਿ ਗਈਆਂ ਸੀ ਇੱਕ ਕਿਸਾਨ ਕੋਲੇ ਜ਼ਮੀਨ ਇੱਕ ਦੁਕਾਨਦਾਰ ਰੇੜੀ ਵਾਲਾ ਰਿਕਸ਼ੀ ਵਾਲਾ ਛੋਟਾ-ਮੋਟਾ ਟਰਾਂਸਪੋਰਟ ਵਾਲਾ ਛੋਟੇ-ਮੋਟੇ ਸ਼ੋਅਰੂਮ ਵਾਲਾ ਛੋਟਾ-ਮੋਟਾ ਵਪਾਰੀ ਆਟੇ ਦੀ ਚੱਕੀ ਵਾਲਾ ਕੋਡੂ ਵਾਲਾ ਵਗੈਰਾ ਸੇਲਰ ਵਾਲਾ ਇਹ ਕਹਿੰਦੇ ਹੁਣ ਇਹ ਵੀ ਸਾਰਾ ਕੁਝ ਅਸੀਂ ਲੈ ਕੇ ਪ੍ਰੋਡਿਊਸ ਵੀ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕਰਾਂਗੇ ਅਸੀਂ ਮਾ ਵੀ ਆਪਸਟੋਰ ਕਰਾਂਗੇ ਤੇ ਵੇਚਾਂਗੇ ਵੀ ਅਸੀਂ ਆਪਣੇ ਸਭ ਕੁਝ ਆਪੇ ਕਰਾਂਗੇ ਬਹੁਤ ਵਧੀਆ ਫੋਕਸ ਕੀਤਾ ਡਟ ਕਰ ਮੇਰੇ ਕੋਲ ਵਕਤ ਜਿਆਦਾ ਸਾਰਾ ਕੁਝ ਇਕੱਠਾ ਲੈ ਕੇ ਲੋਕਾਂ ਨੂੰ ਭੁੱਖੇ ਮਾਰਨ ਦੀ ਗੱਲ ਹੈ ਤੇ ਕਿਸਾਨ ਅੱਜ ਇਸ ਗੱਲ ਤੇ ਰਿਐਕਟ ਕਰ ਰਿਹਾ ਹੈ ਕਿ ਮੇਰੀ ਤਾਂ ਜੀਵਨ ਦੀ ਸਵਾਲ ਹੈ ਹੋਣ ਦਾ ਸਵਾਲ ਹੈ ਸਰਕਾਰ ਕੋਲੇ ਅੱਜ ਦੋ ਸਵਾਲ ਨਹੀਂ ਅੰਦੋਲਨ ਚ ਬਸ ਕਿਸਾਨ ਦਾ ਹੋਣ ਦਾ ਸਵਾਲ ਹੈ ਵਪਾਰੀ ਦਾ ਹੋਣ ਦਾ ਸਵਾਲ ਹੈ ਕੰਜ਼ਿਊਮਰ ਦਾ ਹੋਣ ਦਾ ਸਵਾਲ ਹੈ ਤੇ ਸਰਕਾਰ ਕੋਲੇ ਆਪਦੇ ਹੰਕਾਰ ਦੇ ਨਾਲ-ਨਾਲ ਆਪਦੇ ਅੰਦਰਲੇ ਭੈ ਤੋਂ ਵਿੱਚ ਵਿੱਚ ਇਹ ਐਕਸ਼ਨ ਕਰਨ ਦੇ ਨਾਲ-ਨਾਲ ਅੰਬਾਨੀਆਂ ਡਾਨੀਆਂ ਦੇ ਜਿਹੜੇ ਪਹਿਲਾਂ ਹੀ ਵੱਡੇ ਟੱਢਨੇ ਹੋਰ ਕਰਨ ਦਾ ਸਵਾਲ ਠੀਕ ਹੈ ਇਹ ਤਾਂ ਜੀ ਲੜਾਈ ਹੈ ਸੱਚ ਤੇ ਝੂਠੀ ਲੜਾਈ ਹੈ ਇਹ ਹਰਨੇਕ ਸਿੰਘ ਜੀ ਇੱਕ ਆਖਰੀ ਸਵਾਲ ਸਰ ਵੈਸੇ ਇਹ ਸਵਾਲ ਬੜਾ ਬੇਈਮਾਨਾ ਹੈ ਪੁੱਛਣਾ ਵੀ ਨਹੀਂ ਚਾਹੀਦਾ ਪਰ ਫਿਰ ਮੈਂ ਪੁੱਛ ਲਿਆ 30 ਤਰੀਕ ਨੂੰ ਸਰ ਕੀ ਲੈ ਕੇ ਆਉਂਗੇ ਹਰ ਇੱਕ ਸੇ ਜੀ ਇੱਕ ਇੱਕ ਗੱਲ ਪੱਕੀ ਏ ਹਾਂ ਕਿ 30 ਤਰੀਕ ਨੂੰ ਕੀ ਲੈ ਕੇ ਆਵਾਂਗੇ ਕਿ ਆ ਨਹੀਂ ਜਾ ਸਕਦਾ ਹਾਂ ਪਰ ਕੁਝ ਨਵਾਂ ਜ਼ਰੂਰ ਲੈ ਕੇ ਆਵਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੁਨਾ ਅਸੀਂ ਸਮਝ ਲਿਆ ਜਿੰਨਾ ਅਸੀਂ ਸਿੱਖ ਲਿਆ ਜਿਹੜੇ ਸਟੇਜ ਤੇ ਅਸੀਂ ਖੜੇ ਸਾਂ ਉਥੇ ਜਿੰਨੇ ਅਸੀਂ ਪੈਰ ਪੱਕੇ ਕਰ ਲਏ ਹੁਣ ਅੱਜ ਅਸੀਂ ਇਸ ਕਾਬਲ ਹੋ ਗਏ ਆ ਕਿ ਪੈਰ ਅੱਗੇ ਪਟਿਏ ਤੀ ਤ੍ਰਿਕ ਨੂੰ ਇੱਕ ਕਦਮ ਅੱਗੇ ਵਧਾਂਗੇ ਇੱਕ ਕਦਮ ਅੱਗੇ ਲੈ ਕੇ ਜਾਵਾਂਗੇ ਔਰ ਜੋ ਵੀ ਲੈ ਕੇ ਆਵਾਂਗੇ ਬੜਾ ਚੰਗਾ ਤੇ ਬਿਹਤਰ ਲੈ ਕੇ ਆਵਾਂਗੇ ਲੋਕਾਂ ਦੇ ਹੱਕ ਦੇ ਵਿੱਚ ਲੈ ਕੇ ਆਵਾਂਗੇ ਔਰ ਜਿਹਦੀ ਲੋਕਾਂ ਨੂੰ ਮੈਨੂੰ ਲੱਗਦਾ ਉਮੀਦ ਨਹੀਂ ਹੈਗੀ ਅੱਜ ਤੱਕ ਉਹ ਕੁਝ ਲੈ ਕੇ ਆਵਾਂਗੇ ਮੈਂ ਪੱਕਾ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਕੀ ਲੈ ਕੇ ਆਵਾਂ ਬਹੁਤ ਬਹੁਤ ਧੰਨਵਾਦ ਹਰਨਿਕ ਸਿੰਘ ਜੀ ਤੁਹਾਡਾ ਡਟ ਕਰ ਤੁਹਾਡਾ ਬਹੁਤ ਧੰਨਵਾਦ ਮੁਹੰਮਦ ਖਾਲੀ ਤੁਹਾਡਾ ਬਹੁਤ ਧੰਨਵਾਦ ਇਹਨਾਂ ਮਹਿਮਾਨਾਂ ਨੇ ਆਪਦੇ ਆਪ ਪੁਆਇੰਟ ਰੱਖਿਆ ਇਸ ਪੁਆਇੰਟ ਦੇ ਵਿਚਾਲੇ ਸਾਨੂੰ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਨੈਤਿਕ ਤੌਰ ਤੇ ਕਿਸਾਨ ਜਥੇਬੰਦੀਆਂ ਦੀ ਇਹ ਇੱਕ ਕਦਮ ਅੱਗੇ ਵਧੇ ਹੈ ਕਿ ਜਿਸ ਤਰੀਕੇ ਨਾਲ 29 ਤਰੀਕ ਨੂੰ ਉਹਨਾਂ ਨੇ ਬੈਠਕ ਦਾ ਸੱਦਾ ਦਿੱਤਾ ਸੀਗਾ 30 ਤਰੀਕ ਕਰ ਦਿੱਤੀ ਗਈ ਇੱਕ ਦਿਨ ਅੱਗੇ ਪਾਇਆ ਗਿਆ ਇਹ ਨੈਤਿਕ ਤੌਰ ਤੇ ਇਹਨਾਂ ਦੀ ਫਤਿਹ ਹੈ ਪਰ ਸਵਾਲ ਇਹ ਹੈ ਜਿਹੜਾ ਅਸੀਂ ਪੁੱਛਿਆ ਸੀਗਾ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਕਿੱਥੇ ਖੜੀਆਂ ਕਿਹੜੇ ਏਜੰਡੇ 'ਚ ਫਸਿਆ ਅੰਦੋਲਨ ਏਜੰਡਾ ਸਿਰਫ ਈਕੋ ਦਾ ਹੈ ਈਕੋ ਕਿਹੜੀ ਧਿਰ ਕਿੱਥੇ ਈਕੋ ਕਰਦੀ ਪਈ ਹੈ ਤੇ ਉਸ ਈਕੋ ਦੇ ਵਿਚਾਲੇ ਪ੍ਰੈਸ਼ਰ ਕਿਹੜਾ ਹੈਗਾ ਉਸ ਪ੍ਰੈਸ਼ਰ ਤੇ ਸਵਾਲ ਹੈ ਪ੍ਰੈਸ਼ਰ ਵਾਲਾ ਏਜੰਡਾ ਪ੍ਰੈਸ਼ਰ ਕਿੰਦਾ ਕਿਸਾਨਾਂ ਦਾ ਪ੍ਰੈਸ਼ਰ ਹੈ ਪ੍ਰੈਸ਼ਰ ਕਾਰਪੋਰੇਟਸ ਦਾ ਪ੍ਰੈਸ਼ਰ ਡਬਲਯੂਟੀਓ ਦਾ ਇਹ ਏਜੰਡਾ ਪ੍ਰੈਸ਼ਰ ਦਾ ਇਸ ਪ੍ਰੈਸ਼ਰ ਵਿੱਚੋਂ ਕੀ ਨਿਕਲ ਕੇ ਆਉਂਦਾ ਪ੍ਰੋਡਿਊਸਰ ਤੇ ਕੰਜ਼ਿਊਮਰ ਦੇ ਵਿਚਾਲੇ ਜਿਹੜਾ ਪਾੜਾ ਜਿਹੜਾ ਉਹਦਾ ਫਰਕ ਹੈ ਉਸ ਨੂੰ ਸਮਝਣਾ ਪਵੇਗਾ ਤਾਂ ਤੁਸੀਂ ਇਹ ਏਜੰਡਾ ਸਮਝ ਸਕੋਗੇ ਇਹ ਏਜੰਡਾ ਆਮ ਲੋਕਾਂ ਦਾ ਜਿਹੜਾ ਸਿਆਸੀ ਏਜੰਡਾ ਤੁਸੀਂ ਸਮਝ ਪਾ ਰਹੇ ਹੋ ਕਾਰਪੋਰੇਟ ਏਜੰਡਾ ਤੁਸੀਂ ਸਮਝ ਪਾ ਰਹੇ ਹੋ ਡਬਲਯੂਟੀਓ ਦਾ ਏਜੰਡਾ ਤੁਸੀਂ ਸਮਝ ਪਾ ਰਹੇ ਹੋ ਸਾਰਾ ਸਵਾਲ ਏਜੰਡੇ ਦਾ ਤੇ ਏਜੰਡੇ ਤੇ ਵਾਰ-ਵਾਰ ਅਸੀਂ ਡਿਬੇਟ ਕਰਦੇ ਰਵਾਂਗੇ ਫੇਰ ਕਦੇ ਮਿਲਾਂਗੇ ਆਜ ਫਿਰ ਧੰਨਵਾਦ